press the bell icon and never miss a video from newsnumber.com. ਦਿਲ ਦੀਆਂ ਗੱਲਾਂ ਅੱਜ ਮੇਰੇ ਨਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਬਿੱਟੂ ਚੱਕਵਾਲਾ। ਦੋਸਤੋ, newsnumber.com 'ਤੇ ਤੁਸੀਂ ਜਾਣਦੇ ਹੋ ਕਿ ਸਮੇਂ ਸਮੇਂ 'ਤੇ ਅਸੀਂ ਤੁਹਾਡੇ ਲਈ, ਤੁਹਾਡੀ ਖਿਦਮਤ ਦੇ ਵਿੱਚ ਕਲਾਕਾਰਾਂ, ਸਾਹਿਤਕਾਰਾਂ ਅਤੇ ਗੀਤਕਾਰਾਂ ਨੂੰ ਲੈ ਕੇ, ਹੋਰ ਪੰਜਾਬ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਲੈ ਕੇ ਹਾਜ਼ਰ ਹੁੰਦੇ ਆ ਰਹੇ ਹਾਂ। ਅੱਜ ਕਰਾਂਗੇ ਦਿਲ ਦੀਆਂ ਗੱਲਾਂ। ਮੇਰੇ ਨਾਲ ਹਾਜ਼ਰ ਹੋਣਗੇ ਪੰਜਾਬੀ ਸਾਹਿਤ ਜਗਤ ਦੀ ਇੱਕ ਅਜੀਮ ਅਤੇ ਬਹੁਤ ਸਤਿਕਾਰਯੋਗ ਸ਼ਖਸੀਅਤ, ਹਰਮਨਜੀਤ। ਹਰਮਨਜੀਤ ਇੱਕ ਅਜਿਹੀ ਸ਼ਖਸੀਅਤ ਦਾ ਨਾਂ ਹੈ ਜਿਨ੍ਹਾਂ ਨੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਪੰਜਾਬੀ ਸਾਹਿਤ ਜਗਤ ਦੇ ਵਿੱਚ ਆਪਣੀ ਕਲਮ ਦੇ ਨਾਲ, ਆਪਣੀ ਸ਼ਬਦਾਵਲੀ ਦੇ ਨਾਲ, ਆਪਣੇ ਲਫ਼ਜ਼ਾਂ ਦੇ ਨਾਲ, ਆਪਣੀ ਗੱਲ ਕਹਿਣ ਦੇ ਅੰਦਾਜ਼ ਦੇ ਨਾਲ, ਅਜਿਹੀ ਕਲਮ ਦੇ ਨਾਲ ਇੱਕ ਦਸਤਕ ਦਿੱਤੀ ਜਿਹਦੇ ਨਾਲ ਉਹਨਾਂ ਦੀ ਕਲਮ ਨੂੰ ਅਜਿਹਾ ਪੰਜਾਬੀਆਂ ਨੇ ਹੀ ਨਹੀਂ ਪੂਰੇ ਹਿੰਦੁਸਤਾਨ ਭਰ, ਦੁਨੀਆ ਭਰ ਦੇ ਲੋਕਾਂ ਨੇ ਆਪਣੇ ਦਿਲਾਂ 'ਤੇ ਜਗ੍ਹਾ ਦਿੱਤੀ। ਹਰਮਨਜੀਤ ਨੂੰ 2017 ਦਾ ਭਾਰਤੀ ਸਾਹਿਤ ਯੁਵਾ ਸਾਹਿਤ ਅਵਾਰਡ ਵੀ ਜਿਹੜਾ ਉਹਨਾਂ ਦੀ ਝੋਲੀ ਦੇ ਵਿੱਚ ਪਿਆ। ਆਉਂਦੇ ਹੀ ਜਦੋਂ ਕੋਈ ਅਵਾਰਡ ਝੋਲੀ ਦੇ ਵਿੱਚ ਪੈਂਦਾ, ਉਹ ਕਿਸੇ ਖਾਲਾ ਜੀ ਦਾ ਵੜਾ ਨਹੀਂ ਹੁੰਦਾ। ਬਹੁਤ ਸਾਰੀ ਮਿਹਨਤ, ਬਹੁਤ ਸਾਰੀ ਮੁਸ਼ੱਕਤ ਅਤੇ ਬਹੁਤ ਸਾਰੀਆਂ ਉਹਨਾਂ ਦੀਆਂ ਦਿਲੀ ਕੀਤੀਆਂ ਹੋਈਆਂ ਜਿਹੜੀਆਂ ਮਿਹਨਤਾਂ ਨੇ, ਉਹ ਕਿਤੇ ਨਾ ਕਿਤੇ ਚਾਰ ਚੰਦ ਲਾਉਂਦੀਆਂ ਨੇ। ਹਰਮਨਜੀਤ ਅੱਜ newsnumber.com 'ਤੇ ਤੁਹਾਡੇ ਨਾਲ ਰੂਬਰੂ ਹੋ ਰਹੇ ਨੇ। ਹਰਮਨਜੀਤ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ ਜੀ, ਮਿਹਰਬਾਨੀ ਤੁਸੀਂ ਆਏ, ਸਾਰਾ ਸਮਾਂ ਬੰਨਿਆ, ਸੋ ਮਿਹਰਬਾਨੀ ਤੁਹਾਡੀ। ਮੈਂ ਗੱਲ ਕਰ ਰਿਹਾ ਸੀ, ਹਰਮਨਜੀਤ ਦੇ ਨਾਲ ਗੱਲਬਾਤ ਕਰ ਰਹੇ ਹਾਂ। ਜੇ ਦਰਸ਼ਕਾਂ ਨੂੰ ਇਹ ਦੱਸੀਏ ਕਿ ਹਰਮਨਜੀਤ ਰਾਣੀ ਤੱਤ ਦੇ ਨਾਲ ਬੈਠੇ ਹਾਂ, ਤਾਂ ਦਰਸ਼ਕ ਝੱਟ ਜ਼ਿਆਦਾ ਸਮਝ ਜਾਂਦੇ ਨੇ। ਰਾਣੀ ਤੱਤ ਅਸਲ ਵਿੱਚ ਹੈ ਕੀ ਆ? ਰਾਣੀ ਤੱਤ ਜੀ, ਕਿਤਾਬ ਕੀਤੀ ਸੀ ਅਸੀਂ, ਅਤੇ ਜਿਹੜਾ ਉਹਦਾ ਨਾਮ ਸੀ, ਉਹਦਾ ਮਤਲਬ ਰਾਣੀ ਵੀ ਸਾਡੇ ਕੋਲ ਹੈਗਾ ਸੀ, ਤੱਤ ਵੀ ਸਾਡੇ ਕੋਲ ਹੈਗਾ ਸੀ ਪੰਜਾਬੀ ਦੇ ਵਿੱਚ। ਸਾਡੇ ਕੋਲ ਰਾਣੀ ਤੱਤ ਕਦੇ ਨਾ ਸ਼ਬਦ ਜੋੜ ਨਹੀਂ ਸੀ ਬਣਿਆ ਹੋਇਆ, ਸੋ ਉਹਦੇ ਕਰਕੇ ਉਹ ਕੁਛ ਤਾਂ ਪੰਜਾਬੀ ਹੀ ਐਡੀ ਕਮਾਲ ਆ, ਕੁਛ ਤਾਂ ਪੰਜਾਬੀ ਕੋਲ ਹੀ ਇੰਨੇ ਟਕਸਾਲੀ, ਇੰਨੇ ਅਨੋਖੇ ਸ਼ਬਦ ਨੇ, ਕੁਛ ਉਹ ਜੋੜ ਐਸਾ ਬੈਠ ਗਿਆ ਕਿ ਉਹ ਨਵਾਂ ਲੱਗਣ ਲੱਗ ਗਿਆ ਕਾਫੀ, ਕਿ ਰਾਣੀ ਤੱਤ ਪਤਾ ਨਹੀਂ ਕੀ ਚੀਜ਼ ਹੈ। ਸੋ ਕਿਤਾਬ ਦਾ ਨਾਂ ਸੀ ਬੇਸਿਕਲੀ, ਕਿਤਾਬ ਸੀ ਸਿੰਪਲ, ਸਧਾਰਨ ਸ਼ਬਦਾਂ 'ਚ ਕਿਤਾਬ ਸੀ, ਅਤੇ ਉਹ ਕਿਤਾਬ ਨੂੰ ਇੰਨੀ ਪ੍ਰਵਾਨਗੀ ਮਿਲ ਗਈ ਕਿ ਉਹ ਸ਼ਬਦ ਵੀ ਮਤਲਬ ਆਪਣੀ ਇੱਕ ਪਲਾਂਘਾ ਪੜਦਾ ਕਿ ਚੱਲ ਗਿਆ। ਸਹੀ, ਮੈਂ ਵੇਖ ਰਿਹਾ ਸੀ ਰਾਣੀ ਤੱਤ ਨੂੰ ਜਦੋਂ ਵਰਕੇ ਫਰੋਲੇ, ਤਾਂ ਕਿਤੇ ਨਾ ਕਿਤੇ ਮੇਰੀ ਨਜ਼ਰ ਟਿਕਦੀ ਸੀ, ਤਾਂ ਅੱਗੇ ਜਾ ਕੇ ਮੈਂ ਵੇਖਿਆ ਕਿ ਕਾਵ ਦੇ ਨਾਲ ਨਾਲ ਜਿਹੜੀ ਕਵਿਤਾ ਦੇ ਰੂਪ ਦੇ ਨਾਲ ਨਾਲ ਵਾਰਤਕ ਵੀ ਆ। ਵਾਰਤਕ ਅਤੇ ਕਵਿਤਾ, ਜਦੋਂ ਕੋਈ ਲੇਖਕ ਜਿਸ ਤਰ੍ਹਾਂ ਕੋਈ ਚੀਜ਼, ਕਿਤਾਬ ਜਾਂ ਆਪਣੀ ਰਚਨਾ ਅੱਗੇ ਲੈ ਕੇ ਆਉਂਦਾ, ਤਾਂ ਆਪਾਂ ਵੇਖਦੇ ਹਾਂ ਕਿ ਇਹ ਕਵੀ ਆ, ਇਹ ਵਾਰਤਕ ਦਾ ਲੇਖਕ ਆ, ਇਹ ਇਕਾਂਗੀਕਾਰ ਆ, ਇਹ ਕਹਾਣੀਕਾਰ ਆ। ਹਰਮਨ ਨੂੰ ਕੀ ਮੰਨੀਏ? ਮੈਂ ਜੀ ਲੇਖਕ ਮੰਨਦਾ ਹੁੰਦਾ ਆਪਣੇ ਆਪ ਨੂੰ, ਸਿਰਫ ਲੇਖਕ, ਕਿ ਰਾਈਟਰ ਹਾਂ, ਔਥਰ ਹਾਂ, ਕੁਛ ਲਿਖਣ ਵਾਲਾ ਬੰਦਾ। ਬਸ ਉਹ ਬੰਦਾ ਪਤਾ ਨਹੀਂ ਕਦੋਂ ਗੀਤ ਲਿਖਣ ਲੱਗ ਜਾਂਦਾ, ਕਦੋਂ ਕਵਿਤਾ ਕਣੀ ਹੋ ਜਾਂਦਾ, ਕਦੋਂ ਵਾਰਤਕ ਕਣੀ ਹੋ ਜਾਂਦਾ। ਮਤਲਬ ਮੈਂ ਇੱਕ ਪੈਮਾਨਾ ਰੱਖਿਆ ਨਹੀਂ ਹੋਇਆ ਕਿ ਸਿਰਫ ਤੁਸੀਂ ਲਿਖਣ ਵਾਲੇ ਹੋ, ਇਹੀ ਕਾਫੀ ਹੁੰਦਾ ਮੇਰੇ ਖਿਆਲ 'ਚ, ਕਿ ਇਹ ਕਾਫੀ ਨਹੀਂ ਵੀ ਤੁਸੀਂ ਲਿਖਣ ਵਾਲੇ ਇੱਕ ਇਨਸਾਨ ਹੋ, ਤੁਸੀਂ ਲਿਖਦੇ ਹੋ, ਤੁਸੀਂ ਲੇਖਕ ਹੋ, ਤੁਸੀਂ ਰਾਈਟਰ ਹੋ। ਸੋ ਜੇ ਕਈ ਗੱਲਾਂ ਗੀਤਾਂ 'ਚ ਹੀ ਹੁੰਦੀਆਂ ਨੇ, ਉਹ ਵਾਰਤਕ 'ਚ ਨਹੀਂ ਹੁੰਦੀਆਂ। ਬਿਲਕੁਲ, ਕਈ ਗੱਲਾਂ ਵਾਰਤਕ ਦੇ ਵਿੱਚ ਹੀ ਹੁੰਦੀਆਂ ਨੇ, ਉਹ ਗੀਤ 'ਚ ਨਹੀਂ ਹੁੰਦੀਆਂ। ਸੋ ਮੇਰੇ ਖਿਆਲ 'ਚ ਜਿਵੇਂ ਜਿਵੇਂ ਮੈਨੂੰ ਦ੍ਰਿਸ਼, ਜਿਵੇਂ ਜਿਵੇਂ ਮਹਿਕ, ਆਕਾਰ, ਰੰਗ ਜਿਵੇਂ ਜਿਵੇਂ ਟੱਕਰੀ ਜਾਂਦੇ ਨੇ, ਮੈਂ ਉਵੇਂ ਉਵੇਂ ਉਹਨੂੰ ਰੂਪ ਦੇਈ ਜਾਂਦਾ ਜੀ। ਇਵੇਂ ਵੀ ਹੁੰਦਾ ਲਿਖਦਿਆਂ ਨੂੰ ਕੋਈ ਚੀਜ਼ ਕਵਿਤਾ ਦੇ ਵਿੱਚ ਜ਼ਿਆਦਾ ਵਧੀਆ ਲਿਖੀ ਜਾ ਸਕਦੀ ਆ, ਗੀਤ ਰਾਹੀਂ ਉਹਨੂੰ ਵਧੀਆ ਪੇਸ਼ ਕੀਤਾ ਜਾ ਸਕਦਾ, ਜਾਂ ਵਾਰਤਕ ਰਾਹੀਂ ਆਪਣੇ ਮਨ ਦੇ ਭਾਵ ਵਿਅਕਤ ਕੀਤੇ ਜਾ ਸਕਦੇ? ਬਿਲਕੁਲ ਹੁੰਦਾ ਜੀ। ਕੁਛ ਗੱਲਾਂ ਜਿਵੇਂ ਪਹਿਲਾਂ ਆਖਿਆ ਕਿ ਵਾਰਤਕ ਹੀ ਵਾਰਤਕ ਵਾਸਤੇ ਹੀ ਬਣੀਆਂ ਹੋਈਆਂ ਨੇ, ਜਿਵੇਂ ਮੈਂ ਰਾਣੀ ਤੱਤ ਦੇ ਵਿੱਚ ਕੀਤਾ ਸੀ, ਉਹਦੇ ਵਿੱਚ ਕੀ ਸੀਗਾ ਕਿ ਕੁਛ ਗੱਲਾਂ ਐਸੀਆਂ ਸੀ ਜਿਹੜੀਆਂ ਪੋਇਟਰੀ ਤੋਂ ਬਿਨਾਂ ਕਿਤੇ ਆ ਹੀ ਨਹੀਂ ਸਕਦੀਆਂ। ਉਹ 'ਚ ਤੇਗਾਂ 'ਚ ਢਲ ਗਈ ਹੈ ਤੇਰੇ ਕੌਤਕਾਂ ਦੀ ਚਾਂਦੀ, ਹੈ ਨਾ, ਮਤਲਬ ਉਹ ਗੱਲਾਂ ਸੀ ਕੁਛ ਜਿਹੜੀਆਂ, ਜਿਨ੍ਹਾਂ ਵਾਸਤੇ ਇੱਕ ਰਿਦਮ ਦੀ, ਇੱਕ ਫਲੋ ਦੀ, ਇੱਕ ਕਹਿ ਲਓ ਕਿ ਬੜਾ ਵਹਾਅ ਚਾਹੀਦਾ ਸੀ। ਉਹ ਵਹਾਅ ਬੇਸ਼ੱਕ ਵਾਰਤਕ 'ਚ ਵੀ ਆ ਸਕਦਾ, ਕਿਉਂਕਿ ਵਾਰਤਕ ਵੀ ਤੁਸੀਂ ਪੋਇਟਿਕ ਕਰ ਸਕਦੇ ਹੋ ਨਾ, ਤੁਹਾਡੇ
ਇਹ ਤੁਹਾਡੇ 'ਤੇ ਮੇਰੇ ਖਿਆਲ 'ਚ, ਅਸੀਂ ਕਦੇ ਵੀ ਕੋਈ ਮਿੱਥ ਕੇ ਇੱਕ ਮਤਲਬ ਬੰਨ ਨਹੀਂ ਮਾਰ ਸਕਦੇ ਕਿ ਵਾਰਤਿਕ ਤਾਂ ਆਈ ਲਿਖਿਆ ਜਾਂਦਾ, ਪੋਇਟਰੀ ਤਾਂ ਇੱਦਾਂ ਹੀ ਹੁੰਦੀ ਆ। ਸੋ ਮੇਰੇ ਖਿਆਲ 'ਚ ਜਿੰਨੇ ਤੁਸੀਂ ਨਵੇਂ ਤਜਰਬੇ ਕਰੋਗੇ, ਜਿੰਨਾ ਤੁਸੀਂ ਇਹ 'ਚ ਮਤਲਬ ਖੇੜਾ ਰੌਣਕ ਲੈ ਕੇ ਆਉਂਗੇ, ਉਨਾ ਹੀ ਵਧੀਆ ਅਤੇ ਫਾਇਦੇਮੰਦ ਆ ਪੜ੍ਹਨ ਵਾਲਿਆਂ ਵਾਸਤੇ ਵੀ ਤੁਹਾਡੇ ਵਾਸਤੇ। ਪਹਿਲਾਂ ਹੋਏ ਤਜਰਬੇ? ਮੈਂ ਤਜਰਬੇ ਕਰਦਾ ਰਹਿੰਦਾ ਜੀ, ਮਤਲਬ ਮੈਂ ਸ਼ਬਦਾਂ ਨਾਲ ਖੇਡਦਾ ਰਹਿੰਦਾ। ਰਾਣੀ ਤੱਤ ਵੀ ਇੱਕ ਤਜਰਬਾ ਸੀ, ਰਾਣੀ ਤੱਤ ਨੂੰ ਜੋੜਨਾ ਵੀ ਤਜਰਬਾ ਸੀ, ਅਤੇ ਉਹਦੇ ਵਿੱਚ ਤਜਰਬੇ ਮੈਂ ਇਹ ਕੀਤੇ ਕਿ ਜਿਹੜਾ ਮੈਨੂੰ ਹੁਣ ਵੀ ਮਤਲਬ ਮੈਂ ਉਹਦੇ ਜਿਹੜੇ ਫੀਡਬੈਕ ਸੁਣਦਾ ਉਹ ਇਹ ਹੈ ਕਿ ਲੋਕ ਮੈਨੂੰ ਅਕਸਰ ਹੀ ਕਹਿੰਦੇ ਕਿ ਸਾਨੂੰ ਸਮਝ ਨਹੀਂ ਆਇਆ ਪਰ ਸਾਨੂੰ ਸਵਾਦ ਆ ਗਿਆ। ਮੈਨੂੰ ਵੀ ਇਹੀ ਹੋਇਆ, ਹੈ ਨਾ? ਅਤੇ ਪਹਿਲੀ ਵਾਰੀ ਮੈਨੂੰ ਵੀ ਹੁੰਦਾ, ਇਹ ਖੁਦ ਨੂੰ ਮੈਨੂੰ ਵੀ ਹੁੰਦਾ ਕਿ ਕਈ ਸ਼ਬਦ ਐਸੇ ਸੀ ਜਿਹੜੇ ਸਾਨੂੰ ਅਸੀਂ ਕਦੇ ਸੁਣੇ ਵੀ ਨਹੀਂ ਸੀ ਜਾਂ ਅਸੀਂ ਕਦੇ ਦੇਖੇ ਪਰਖੇ ਨਹੀਂ ਸੀ, ਪਰ ਸਾਨੂੰ ਬੜਾ ਆਨੰਦ ਆ ਰਿਹਾ ਸੀ। ਮਤਲਬ ਮੈਂ ਇਹੀ ਚਾਹੁੰਦਾ ਸੀ, ਮੈਂ ਸਮਝ ਦੇ ਨਾਲ ਉਹ ਆਨੰਦ ਨੂੰ ਵੱਡਾ ਮੰਨਦਾ ਹੁੰਦਾ ਹਮੇਸ਼ਾ ਹੀ। ਮੈਂ ਪਹਿਲਾਂ ਵੀ ਬਹੁਤ ਵਾਰੀ ਆਖੀ ਗੱਲ ਕਿ ਆਨੰਦ ਵੱਡੀ ਆ ਚੀਜ਼, ਜਦੋਂ ਆਨੰਦ ਆ ਰਿਹਾ ਤਾਂ ਸਮਝ ਤੁਹਾਨੂੰ ਆਪਣੇ ਆਪ ਤੁਹਾਡੇ ਘਰ ਵਿਹਾਰ ਜ਼ਿੰਦਗੀ 'ਚ ਘਟਦੀਆਂ ਹੋਈਆਂ ਗੱਲਾਂ ਤੋਂ ਆ ਹੀ ਜਾਣੀ ਹੁੰਦੀ ਹੈ। ਬਿਲਕੁਲ, ਹੈ ਨਾ? ਸੋ ਤਾਂ ਕਰਕੇ ਜੋ ਇਸ ਤਰ੍ਹਾਂ ਤਜਰਬੇ ਨੇ, ਬਾਕੀ ਨੋਰਮਲ ਗੱਲਾਂ ਨੇ ਕੋਈ 'ਚ ਸਿੰਪਲ ਗੱਲਾਂ ਨੇ। ਹਰਮਨ, ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਕਿ ਲੇਖਕ ਹੈ ਜਿਹੜਾ ਉਹ ਲੋਕ ਮਨਾਂ ਦੀ, ਸਮਾਜ ਦੀ, ਸੱਭਿਆਚਾਰ ਦੀ, ਲੋਕਧਾਰਾ ਦੀ ਗੱਲ ਕਰਦਾ, ਤਰਜਮਾਨੀ ਕਰਦਾ, ਉਹਦੇ ਸ਼ਬਦ ਬਿਆਨ ਕਰਦੇ ਨੇ, ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਕਿ ਜਿਸ ਤਰ੍ਹਾਂ ਲੇਖਕ ਹੈ ਜਿਹੜਾ, ਕੀ ਉਹ ਬਣਿਆ ਬਣਾਇਆ ਆਉਂਦਾ ਹੈ ਜਾਂ ਸਮਾਜ ਦੇ ਵਿੱਚੋਂ ਹਾਲਾਤਾਂ ਦੇ ਅਨੁਸਾਰ ਲੇਖਕ ਬਣਦਾ? ਕਿਉਂਕਿ ਬਹੁਤੀ ਵਾਰ ਕੀ ਵੇਖਦੇ ਹਾਂ ਕਿ ਫਲਾਨਾ ਬੰਦਾ ਦੁੱਖ ਸੀ ਲੇਖਕ ਬਣ ਗਿਆ, ਉਹ ਕਵੀ ਸੀ ਬੜੀ ਸ਼ਰਾਬ ਪੀਂਦਾ ਸੀ, ਜਾਂ ਇੱਦਾਂ ਬੜੀਆਂ ਕੁਝ ਮਨਘੜਤ ਗੱਲਾਂ ਜਾਂ ਸੁਣੀਆਂ ਸੁਣਾਈਆਂ ਗੱਲਾਂ ਸਮਾਜ ਦੇ ਵਿੱਚ ਨੇ ਕਿ ਲੇਖਕ ਤਾਂ ਇੱਦਾਂ ਦੇ ਹੁੰਦੇ ਆ। ਕੀ ਲੇਖਕ ਪਿੱਛੋਂ ਬਣੇ ਬਣਾਏ ਧੁਰ ਆਉਂਦੇ ਆ, ਜਿਵੇਂ ਕਹਿੰਦੇ ਸ਼ਬਦ ਆਏ ਸੀ ਤਾਂ ਉਹ ਆਮਦ ਹੋਈ ਸੀ? ਆਮਦ ਹੋਈ ਸੀ, ਕਾਫੀ ਗੱਲਾਂ ਨੇ ਜੀ। ਮਤਲਬ ਇਹ ਸਾਰੀਆਂ ਗੱਲਾਂ ਦਾ ਇੱਕ ਮਿਸ਼ਰਣ ਆ। ਧੁਰੋਂ ਬਣਾਏ ਹੋਏ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਕਿਉਂਕਿ ਲੇਖਕ ਵਾਸਤੇ ਨਹੀਂ, ਕਿਸੇ ਬੰਦੇ ਵਾਸਤੇ ਵੀ ਕਹਿ ਲਓ ਕਿ ਮੈਂ ਹੁਣ ਇੱਕ ਇਨਸਾਨ ਹਾਂ, ਤੁਸੀਂ ਇਨਸਾਨ ਹੋ, ਆਪਾਂ ਸਾਰੇ ਇਨਸਾਨ ਹਾਂ, ਸਾਡੀਆਂ ਆਦਤਾਂ, ਸਾਡਾ ਰਹਿਣ ਸਹਿਣ ਦੀਆਂ, ਸਾਡੇ ਜਿਹੜੇ ਸੁਭਾਅ ਨੇ, ਸਾਡੇ ਸਲੀਕੇ, ਸਾਡੇ ਤਰੀਕੇ, ਇੱਥੋਂ ਤੱਕ ਕਿ ਸਾਡੇ ਤੁਰਨ ਦਾ ਅੰਦਾਜ਼ ਵੀ, ਸਾਡੀ ਤੋਰ, ਸਾਡੇ ਛਿੱਕਣ ਤੱਕ ਦਾ ਅੰਦਾਜ਼, ਨਾ ਮਤਲਬ ਇਹ ਸਾਡੇ ਪਿੱਛੋਂ ਚੱਲਿਆ ਆ ਰਿਹਾ ਜੀ। ਮਤਲਬ ਸਾਡੇ ਪੁਰਖਿਆਂ ਦਾ, ਸਾਡੇ ਬਜ਼ੁਰਗਾਂ ਦਾ, ਜਿਹੜੀਆਂ ਮਿਹਨਤ ਉਹਨਾਂ ਨੇ ਕੀਤੀਆਂ, ਜਿਹੜੇ ਉਹਨਾਂ ਨੇ ਪੂਰਨੇ ਪਾਏ, ਉਹ ਕਿਤੇ ਨਾ ਕਿਤੇ ਸਾਡੇ 'ਚ ਢਲਦੇ 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 ਆਏ ਨੇ, ਕਿਉਂਕਿ ਸਾਇੰਸ ਵੀ ਇਹ 'ਤੇ ਮੋਹਰ ਲਾ ਰਹੀ ਆ। ਅਤੇ ਵੈਸੇ ਵੀ ਗੱਲ ਸੁਧਾਰਨ ਸਿੱਧੀ ਆ ਕਿ ਤੁਸੀਂ ਉਹਨਾਂ ਦਾ ਹੀ ਇੱਕ ਅਪਡੇਟਡ ਰੂਪ ਹੋ, ਤੁਸੀਂ ਉਹਨਾਂ ਦਾ ਹੀ ਇੱਕ ਨਵਾਂ ਰੂਪ ਹੋ, ਨਾ? ਮੈਂ ਰਾਣੀ ਤੱਤ 'ਚ ਵੀ ਜ਼ਿਕਰ ਕੀਤਾ ਸੀ ਵੀ ਮੈਂ ਬਾਬੇ ਨੂੰ ਆਪਣੇ ਨੂੰ ਕਹਿ ਰਿਹਾ ਕਿ ਆਪਾਂ ਦੋਵੇਂ ਆਪਣੀ ਧੀ ਦੇ ਪੈਰਾਂ 'ਚ ਨੱਚਿਆ ਕਰਾਂਗੇ, ਕਿਉਂਕਿ ਮੈਂ ਜੇ ਆਪਦੀ 'ਤੇ ਦੇਖਾਂ ਤਾਂ ਮੇਰੇ ਦਾਦਾ ਜੀ ਵਰਗਾ ਮੇਰੇ 'ਚ ਕਾਫੀ ਕੁਛ ਆ। ਮਤਲਬ ਈਵਨ ਮੈਨੂੰ ਕਹਿੰਦੇ ਹੁੰਦੇ ਆ ਕਿ ਜਦੋਂ ਤੂੰ ਸੌਂਦਾ ਉਹ ਸੌਣ ਦਾ ਜਿਹੜਾ ਪੈਣ ਦਾ ਤਰੀਕਾ ਉਹ ਮਿਲਦਾ ਤੁਹਾਡਾ, ਹੈ ਨਾ? ਹਾਲਾਂਕਿ ਉਹ ਤਾਂ ਮੈਂ ਦੇਖੇ ਵੀ ਨਹੀਂ ਸੀ, ਮੇਰੇ ਜਨਮ ਤੋਂ ਪਹਿਲਾਂ ਗੁਜ਼ਰ ਗਏ ਸੀ। ਪਰ ਇਹ ਕਿੱਡੀ ਕਮਾਲ ਦੀ ਗੱਲ ਆ ਕਿ ਉਹ ਬੰਦੇ ਸਾਡੇ 'ਚ ਜਾਗੀ ਜਾਂਦੇ ਨੇ, ਕਿਸ ਤਰੀਕੇ ਜਾਗੀ ਜਾਂਦੇ ਨੇ। ਮਤਲਬ ਤੁਸੀਂ ਮਰਿਆ ਤਾਂ ਉਹਨੂੰ ਕਹਿ ਨਹੀਂ ਸਕਦੇ ਫਿਰ, ਹੈ ਨਾ? ਤਾਂ ਕਰਕੇ ਮੈਨੂੰ ਇਸ ਤਰ੍ਹਾਂ ਦੀਆਂ ਰਹੱਸਮਈ ਜੀਆਂ ਗੱਲਾਂ ਕਹਿ ਲਓ ਕਿ ਇਹਨੂੰ ਕੁਛ ਵੀ ਕਹਿ ਲਓ, ਮੈਨੂੰ ਖਿੱਚਦੀਆਂ ਰਹਿੰਦੀਆਂ ਨੇ। ਤੁਹਾਡੇ ਰਾਣੀ ਤੱਤ ਸ਼ਬਦਾਂ ਦੇ ਵਿੱਚ ਵੀ ਬੜੀਆਂ ਚੀਜ਼ਾਂ ਜਿਹੜੀਆਂ ਰਹੱਸਮਈ ਜਾਂ ਕਿਤੇ ਕੁਦਰਤ 'ਚੋਂ ਆਈਆਂ ਲੱਗਦੀਆਂ, ਜਿਹੜੀਆਂ ਮਹਿਸੂਸ ਕਰ ਸਕਦੇ ਹਾਂ ਪਰ ਵੇਖੀਆਂ ਕਿਤੇ ਨਹੀਂ ਜ਼ਿਆਦਾਤਰ। ਮੈਨੂੰ ਨਾ ਜਿੱਦਾਂ ਕਹਿ ਲਓ ਕਿ ਕੋਈ ਦ੍ਰਿਸ਼ ਹੈ, ਕੋਈ ਖਾਸ ਇਸ ਵੇਲੇ ਦੀ ਧੁੱਪ ਆ ਜਿਹੜੀ, ਮੈਂ ਹਮੇਸ਼ਾ ਜ਼ਿਕਰ ਕਰਦਾ ਹਾਂ ਕਿ ਜਿਹੜੀ ਇਸ ਵੇਲੇ ਦੀ ਧੁੱਪ ਹੁੰਦੀ ਹੈ ਨਾ 3-4 ਵਜੇ ਦੀ, ਉਹ ਬੜੀ ਮਿਸਟੀਰੀਅਸ ਹੁੰਦੀ ਆ, ਬੜੀ ਅਲੌਕਿਕ ਜਿਹੀ ਹੁੰਦੀ ਆ। ਸੋ ਉਹਨੂੰ ਦੇਖਣਾ, ਉਹਨੂੰ ਪਰਖਣਾ, ਉਹਨੂੰ ਦੇਖ ਕੇ ਤੁਹਾਨੂੰ ਪਤਾ ਨਹੀਂ ਤੁਸੀਂ ਕਿੱਥੇ ਪਿੱਛੇ ਅੱਗੇ, ਤੁਸੀਂ ਤੁਹਾਡਾ ਦਿਮਾਗ ਚਲਾ ਜਾਂਦਾ, ਕਾਫੀ ਗੱਲਾਂ ਬਾਤਾਂ ਜੁੜ ਜਾਂਦੀਆਂ ਨੇ, ਨਾ? ਸੋ ਦ੍ਰਿਸ਼ਾਂ ਨੂੰ, ਮਹਿਕਾਂ ਨੂੰ, ਰੰਗਾਂ ਨੂੰ ਮੈਂ ਦੇਖਦਾ ਰਹਿੰਦਾ ਜੀ, ਕਿਉਂਕਿ ਕਿਤਾਬ 'ਚ ਵੀ ਇਸੇ ਤਰ੍ਹਾਂ ਦਾ ਹੀ ਕੁਛ ਆਇਆ ਸੀਗਾ
ਜਿਹੜੀ ਆਪਣੀ ਗੱਲ ਮੇਰੇ ਖਿਆਲ 'ਚ ਲੇਖਕ ਤੋਂ ਤਰੀਕੇ ਜੀ ਬਿਲਕੁਲ ਲੇਖ ਕਿਵੇਂ ਬਣਦੇ ਨੇ ਬਿਲਕੁਲ ਲੇਖਕ ਦਾ ਜੀ ਇੱਕ ਤਾਂ ਇਹ ਗੱਲ ਹੋ ਗਈ ਕਿ ਕਿਤੇ ਨਾ ਕਿਤੇ ਪਿੱਛੋਂ ਕੋਈ ਗੱਲਾਂ ਕੋਈ ਵਹਾਅ ਕੋਈ ਧੁਰਾ ਜੁੜਦੀਆਂ ਨੇ ਜੁੜਿਆ ਹੁੰਦਾ ਨਾ ਨੰਬਰ 2 ਤੁਹਾਡਾ ਜਿਹੜਾ ਤੁਸੀਂ ਜਦੋਂ ਜਨਮ ਲੈ ਲਿਆ ਤੁਸੀਂ ਉਸ ਮਾਹੌਲ ਤੁਹਾਨੂੰ ਕਿੱਦਾਂ ਦਾ ਮਿਲਿਆ ਮਾਹੌਲ ਬਿਲਕੁਲ ਕਿਉਂਕਿ ਜੇ ਤੁਸੀਂ ਲੇਖਕ ਹੋ ਤੁਸੀਂ ਲੇਖਕ ਤਾਂ ਬਣ ਹੀ ਜਾਣਾ ਜੇ ਤੁਸੀਂ ਬਣ ਹੀ ਲੇਖਕ ਆਏ ਹੋ ਵਾਰਿਸ ਨੇ ਲਿਖਿਆ ਨਾ ਕਿ ਜੋ ਕੁਝ ਹੋਣਾ ਸੀ ਸੋਈ ਹੋ ਰਿਹਾ ਸੋਈ ਹੋ ਰਿਹਾ ਹੀਰ 'ਚ ਲਿਖਿਆ ਹੋਇਆ ਜੋ ਕੁਝ ਹੋਣਾ ਸੀ ਸੋਈ ਹੋ ਰਿਹਾ ਕੋਈ ਇਹ 'ਚ ਨਾ ਵਾਧ ਹੈ ਨਾ ਘਾਟ ਵੱਧ ਹੋ ਜਾਵੇ ਉਹ ਗੱਲ ਆ ਨਾ ਗੁਰੂ ਸਾਹਿਬ ਨੇ ਆਖੀ ਵੀ ਨਾ ਤਾਂ ਘਾਟ ਹੈ ਨਾ ਵਾਧ ਆ ਨਾ ਘਾਟ ਵੱਧ ਹੋਤਾ ਹੈ ਹੋਤਾ ਹੈ ਸੋ ਹੀਰ ਵਾਲੀ ਗੱਲ ਅਤੇ ਬਾਬੇ ਵਾਲੀ ਗੱਲ ਜਿਹੜੀ ਹੈਗੀ ਆ ਉਹ ਇਹੀ ਆ ਕਿ ਤੁਸੀਂ ਹਰਕਤ ਕਰੋ ਹੱਥ ਪੈਰ ਹਿਲਾਓ ਪਰ ਜਿਹੜਾ ਕੁਛ ਹੋਣਾ ਉਹ ਤਾਂ ਹੋ ਕੇ ਹੀ ਰਹਿਣਾ ਉਹ 'ਚ ਤੁਸੀਂ ਜਿਵੇਂ ਪਹਿਲਾਂ ਲੋਕ ਕਹਿੰਦੇ ਸੀ ਕਿ ਲਿਖਿਆ ਹੋਇਆ ਇਹ ਮੈਂ ਇਸ ਵਿਸ਼ਵਾਸ ਦਾ ਹੀ ਧਾਰਨੀ ਆ ਕਿ ਸਾਰਾ ਕੁਛ ਵੈਲ ਪਲੈਨਡ ਆ ਹੈ ਨਾ ਅਤੇ ਸੋ ਲੇਖਕ ਫਿਰ ਸਾਰਾ ਕੁਛ ਹੀ ਆ ਗਿਆ ਜੀ ਲੇਖਕ ਦੇ ਵਿੱਚ ਤੁਹਾਡਾ ਆਲਾ ਦੁਆਲਾ ਆ ਗਿਆ ਤੁਹਾਡੀ ਜਨਮ ਆ ਗਿਆ ਫਿਰ ਤੁਹਾਡੀ ਮਿਹਨਤ ਆ ਗਈ ਤੁਸੀਂ ਕਲਾ ਤਾਂ ਹੈਗੀ ਆ ਪਰ ਤੁਸੀਂ ਕਲਾ ਦੀ ਕਦਰ ਵੀ ਕਰ ਰਹੇ ਹੋ ਕਿ ਨਹੀਂ ਕਰ ਰਹੇ ਇਹ ਵੱਡੀ ਗੱਲ ਹੁੰਦੀ ਆ ਕਈ ਵਾਰੀ ਕਲਾ ਗੁਆਚ ਜਾਂਦੀ ਆ ਕਿਉਂਕਿ ਗੁਆਚ ਚੀਜ਼ਾਂ ਗੁਆਚਦੀਆਂ ਵੀ ਹੁੰਦੀਆਂ ਨੇ ਹੈ ਨਾ ਚੀਜ਼ਾਂ ਫਿਰ ਮਿਲਦੀਆਂ ਵੀ ਹੁੰਦੀਆਂ ਨੇ ਸੋ ਇਹ ਤਾਂ ਨੋਰਮਲ ਪ੍ਰੋਸੈਸ ਹੈ ਤਾਂ ਕਰਕੇ ਕਾਫੀ ਗੱਲਾਂ ਨੇ ਇਹਦੇ ਵਿੱਚ 2-4-5 ਜਿਹੜੀਆਂ ਆਪਾਂ ਗੱਲਾਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ ਇੱਕ ਰਲਾ ਮਿਲਾ ਹੈ ਕਿ ਲੇਖਕ ਕਿੱਦਾਂ ਮਤਲਬ ਲੇਖਕ ਦੇ ਬਣਨ ਪਿੱਛੇ ਇੱਕ ਵੱਡੀ ਧਾਰਾ ਹੈ ਇੱਕਦਮ ਕੋਈ ਲੇਖਕ ਨਹੀਂ ਬਣ ਸਕਦਾ ਕਿ ਮੈਨੂੰ ਸੱਟ ਵੱਜੀ ਮੈਂ ਮੇਰਾ ਕੁਛ ਮੈਨੂੰ ਹੋਇਆ ਅਤੇ ਮੈਂ ਕੱਲ੍ਹ ਨੂੰ ਜਾ ਕੇ ਕਲਮ ਲਿਖ ਕੇ ਨਾਵਲ ਲਿਖਦਾ ਐਂ ਨਹੀਂ ਜੇ ਤੁਸੀਂ ਉਹ ਲਿਖੋਗੇ ਵੀ ਤਾਂ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਤੁਹਾਡਾ ਕੋਈ ਚੇਤਨ ਅਵਚੇਤਨ ਜੁੜਿਆ ਹੋ ਉਹਦੇ ਪਿੱਛੇ ਵੀ ਤੁਹਾਡੀ ਕੋਈ ਆਪਣੀ ਮਿਹਨਤ ਤੁਹਾਡੇ ਪੁਰਖਿਆਂ ਦੀ ਮਿਹਨਤ ਜਾਂ ਤੁਹਾਡੀ ਹੀ ਕੋਈ ਤੁਹਾਡਾ ਹੀ ਕੋਈ ਅੰਦਾਜ਼ ਉਹ ਪਿੱਛੇ ਚਮਕ ਰਿਹਾ ਹੋਊ ਇਹ ਆ ਬਹੁਤੀ ਵਾਰ ਕੀ ਹੁੰਦਾ ਆਪਾਂ ਵੇਖਦੇ ਹੁੰਦੇ ਹਾਂ ਕਿ ਫਲਾਨਾ ਬੰਦਾ ਲੇਖਕ ਹੈ ਬੜਾ ਚੋਟੀ ਦਾ ਲੇਖਕ ਹੈ ਬੜਾ ਸੋਹਣਾ ਲਿਖਦਾ ਨਾਵਲਿਸਟ ਹੈ ਕਹਾਣੀਕਾਰ ਹੈ ਕਾਂਗੀਕਾਰ ਹੈ ਕਵੀ ਹੈ ਕਵੀਆਂ ਲੇਖਕਾਂ ਕਹਾਣੀਕਾਰਾਂ ਬਾਰੇ ਇਹ ਗੱਲ ਆਖੀ ਜਾਂਦੀ ਹੈ ਕਿ ਇਹ ਬੜੇ ਕਾਮਰੇਡੀ ਖਿਆਲਾਂ ਦੇ ਹੁੰਦੇ ਨੇ ਬੜੇ ਉਹਨਾਂ ਦੇ ਸਮਾਜ ਨਾਲੋਂ ਥੋੜ੍ਹਾ ਨਿਖੜਵਾਂ ਉਹਨਾਂ ਦਾ ਆਪਣਾ ਰਾਹ ਹੁੰਦਾ ਸਹੀ ਹੈ ਜੀ ਹਾਂਜੀ ਤੁਹਾਡੇ ਚਿਹਰੇ ਨੂੰ ਤੁਹਾਡੀ ਕਲਮ ਨੂੰ ਤੁਹਾਡੇ ਹਾਵ ਭਾਵ ਨੂੰ ਵੇਖ ਕੇ ਕਈ ਵਾਰ ਇੰਝ ਜਾਪਦਾ ਜਿਵੇਂ ਤੁਸੀਂ ਗੁਰਬਾਣੀ ਦੇ ਬਹੁਤ ਜ਼ਿਆਦਾ ਨੇੜੇ ਹੁੰਦੇ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਗੁਰਬਾਣੀ ਤੋਂ ਟੁੱਟੇ ਹੀ ਕਦੋਂ ਸੀ ਸਾਡਾ ਜਿਹੜਾ ਕਲਚਰ ਆ ਨਾ ਸਾਡਾ ਸੱਭਿਆਚਾਰ ਆ ਜਾਂ ਸਾਡੀ ਜਿਹੜੀ ਸਾਰੇ ਭਾਰਤ ਦੀ ਕਹਿ ਲਓ ਸੰਸਕ੍ਰਿਤੀ ਹੈ ਜਿਹੜੀ ਉਹ 'ਚ ਤੁਹਾਨੂੰ ਕੀ ਕੀਤਾ ਹੋਇਆ ਕਿ ਸਾਡੇ ਰੋਜ਼ਮਰ੍ਹਾ ਦੀਆਂ ਗੱਲਾਂ ਦੇ ਵਿੱਚ ਸਾਨੂੰ ਨਾ ਧਰਮ ਪਾਇਆ ਹੋਇਆ ਉਹਨਾਂ ਨੇ ਪੁਣ ਕੇ ਰੋਜ਼ਮਰ੍ਹਾ ਦੀਆਂ ਗੱਲਾਂ ਦੇ ਵਿੱਚ ਉਹਨਾਂ ਨੇ ਐਸੇ ਸਲੀਕੇ ਪਾਏ ਹੋਏ ਅਸੀਂ ਹੱਥ ਜੋੜਦੇ ਹਾਂ ਹੈ ਨਾ ਮਤਲਬ ਹੱਥ ਜੋੜਨ ਦੀ ਜਿਹੜਾ ਜੈਸਚਰ ਆ ਜਿਹੜਾ ਇੱਕ ਇਹ ਤਰੀਕਾ ਇਹ ਆਪਣੇ ਆਪ 'ਚ ਹੀ ਤੁਹਾਡੇ 'ਚ ਨਿਮਰਤਾ ਦਾ ਵਹਾਅ ਪੈਦਾ ਕਰਤਾ ਹੱਥ ਜੋੜੇ ਪੈਰੀ ਹੱਥ ਲਾਏ ਕਿਸੇ ਦੇ ਮਤਲਬ ਹੈ ਨਾ ਕਿੱਡੀ ਵੱਡੀ ਗੱਲ ਆ ਜਾਂ ਤੁਸੀਂ ਸਾਨੂੰ ਸੀਗਾ ਕਿ ਰੋਟੀ ਥੱਲੇ ਬੈਠ ਕੇ ਖਾਣੀ ਆ ਥੱਲੇ ਬੈਠਾਂਗੇ ਤਾਂ ਨੀਵੇਂ ਰਹਾਂਗੇ ਧਰਤੀ ਨਾਲ ਜੁੜਾਂਗੇ ਠੀਕ ਆ ਉਹ ਜਿਹੜੀ ਸਾਇੰਟੀਫਿਕ ਵੀ ਦੇਖੀਏ ਤਾਂ ਉਹਦੇ ਵਿੱਚ ਵੀ ਕਾਫੀ ਗੱਲਾਂ ਆ ਜਾਂਦੀਆਂ ਨੇ ਸੋ ਸਾਡੀ ਸੰਸਕ੍ਰਿਤੀ ਦੇ ਵਿੱਚ ਹੀ ਪਾ ਕੇ ਦਿੱਤਾ ਹੋਇਆ ਸਾਨੂੰ ਕਿ ਤੁਹਾਨੂੰ ਐਫਰਟ ਕਰਨ ਦੀ ਲੋੜ ਹੀ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਨੇ ਹੋਰ ਵੀ ਹੁਣ ਅਸੀਂ ਇੰਨੇ ਸਲੀਕੇਦਾਰ ਹੋ ਗਏ ਇੰਨੇ ਅਸੀਂ ਪੜ੍ਹ ਲਿਖ ਗਏ ਕਿ ਸਾਨੂੰ ਉਹ ਗੱਲਾਂ ਨਾ ਅਨਪੜ੍ਹਾਂ ਨਹੀਂ ਲੱਗਣ ਲੱਗ ਗਈਆਂ ਅਸੀਂ ਉਹਨਾਂ ਨੂੰ ਟੂਣੇ ਵਿਸ਼ਵਾਸ ਹੋਰ ਅੰਧ ਵਿਸ਼ਵਾਸਾਂ 'ਚ ਬੰਨਤਾ ਪਰ ਉਹ ਗੱਲਾਂ ਕਾਫੀ ਹੱਦ ਤੱਕ ਸਹੀ ਸੀਗੀਆਂ ਤੁਸੀਂ ਤੁਰ ਨੰਗੇ ਪੈਰੀ ਤੁਰਦੇ ਹੋ ਤਾਂ ਤੁਹਾਡਾ ਐਕੂਪ੍ਰੈਸ਼ਰ ਹੋ ਜਾਂਦਾ ਸੀ ਤੁਹਾਨੂੰ ਕਿਸੇ ਬਿਮਾਰੀ ਨਹੀਂ ਸੀ ਤੁਹਾਨੂੰ ਹੁੰਦੀ ਹੈ ਨਾ ਹੁਣ ਵੀ ਕਰ ਸਕਦੇ ਹਾਂ ਉਹ ਐਡੀ ਗੱਲ ਤਾਂ ਹੈ ਨਹੀਂ ਪਰ ਅਸੀਂ ਟਾਈਮ ਨਹੀਂ ਕੱਢਦੇ ਫਿਰ ਇਹ ਜਿਹੜੇ ਸਾਡੇ ਲੋਕ ਵਿਸ਼ਵਾਸ ਨੇ ਜਿਹੜੇ ਟੁੱਟੇ ਨੇ ਹੁਣ ਲੋਕ ਵਿਸ਼ਵਾਸ ਬਹੁਤ ਵੱਡੀ ਗੱਲ ਹੈ ਜੀ ਉਹ
ਮੈਂ ਹਮੇਸ਼ਾ ਹੀ ਉਹਨੂੰ ਵੱਡਾ ਮੰਨਦਾ। ਹਰਮਨ ਸਾਹਿਤ ਹੈ ਜਿਹੜਾ ਸ਼ੁਰੂ ਤੋਂ ਹੀ ਮਨੁੱਖ ਦਾ ਇੱਕ ਸਾਥੀ ਰਿਹਾ, ਸਾਹਿਤ ਦੇ ਵਿੱਚ ਸਾਰਿਆਂ ਦਾ ਹਿੱਤ ਛੁਪਿਆ ਮੇਰਾ ਖਿਆਲ। ਅਤੇ ਸਾਹਿਤ ਦੇ ਜਿਹੜੇ ਰੂਪ ਨੇ ਬੇਸ਼ੱਕ ਜਿਵੇਂ ਆਪਾਂ ਗਿਣੇ ਨੇ ਕਾਫੀ ਨੇ, ਪਰ ਕੀ ਸਾਹਿਤ ਕੱਚਾ ਸਾਹਿਤ ਆ ਜਿਹੜਾ ਉਹ ਵੀ ਕਿਤੇ ਨਾ ਕਿਤੇ ਸਾਹਿਤ ਦਾ ਨੁਕਸਾਨ ਕਰ ਰਿਹਾ? ਮੇਰੇ ਖਿਆਲ 'ਚ ਜਿਹੜੀ ਇੱਕ ਚੀਜ਼ ਉਸਰ ਗਈ, ਜਿਹੜੀ ਇਹਦੇ 'ਚ ਪਕਿਆਈ ਆ, ਹੈ ਨਾ, ਜਿਹੜੀ ਬੜੀ ਮਿਹਨਤ ਕਰਕੇ ਬੜੀ ਤਪੱਸਿਆ ਤੋਂ ਬਾਅਦ ਜਿਹੜੀ ਸਾਧ ਕੇ ਚੀਜ਼ ਬਣੀ ਆ, ਉਹਦਾ ਨੁਕਸਾਨ ਤਾਂ ਨਹੀਂ ਕੋਈ ਕਰ ਸਕਦਾ ਹੁੰਦਾ, ਹੈ ਨਾ। ਹਾਂ, ਪਰ ਇਹ ਆ ਕਿ ਉਲਝਾ ਹੱਟ ਜਿਹੜੀ ਉਲਝਣਾਂ ਪੈਦਾ ਹੋ ਸਕਦੀਆਂ ਨੇ ਕਿਤੇ ਨਾ ਕਿਤੇ, ਕਨਫਿਊਜ਼ਨ ਜਿਹੜੀ ਹੋ ਸਕਦੀ ਹੈ। ਕਿਉਂਕਿ ਮੇਰਾ ਸਵਾਲ ਇਹ ਤੁਹਾਨੂੰ ਤਾਂ, ਮੈਂ ਬਹੁਤੀ ਵਾਰ ਦੇਖਿਆ ਕਿ ਚੋਟੀ ਦੇ ਲੇਖਕ ਇਸ ਗੱਲ ਦਾ ਸ਼ਿਕਵਾ ਕਰਦੇ ਨੇ ਵਿੱਚ ਵਿਚਾਲੇ ਕਿ ਜਿਹੜੇ ਨਵੇਂ ਉੱਠਦੇ ਕੱਚ ਘੜੇ ਲੇਖਕ ਨੇ ਉਹ ਕਿਤੇ ਨਾ ਕਿਤੇ ਜਿਹੜੀਆਂ ਅਜਿਹੀਆਂ ਗੱਲਾਂ ਪੇਸ਼ ਕਰਦੇ ਨੇ। ਹੁਣ ਆਪਾਂ ਹੀਰ ਦੀ ਗੱਲ ਕੀਤੀ ਸੀ, ਮੈਨੂੰ ਇੱਕ ਗੱਲ ਯਾਦ ਆ ਜਾਂਦੀ ਵੀ ਹੀਰ, ਹੀਰ ਮਤਲਬ ਹਜ਼ਾਰਾਂ ਤਰੀਕਿਆਂ ਦੀ ਹੀਰ ਮਿਲਦੀ ਆ। ਬਿਲਕੁਲ, ਵਾਰਿਸ ਨੇ ਤਾਂ ਲਿਖੀ ਲਿਖੀ ਹੈ, ਬਿਲਕੁਲ ਵਾਰਿਸ ਦੀ ਹੀ ਲਿਖੀ ਹੋਈ ਅਤੇ ਅਲੱਗ ਅਲੱਗ ਲੋਕਾਂ ਦੀ ਐਡਿਟ ਕੀਤੀ ਹੋਈ ਹੀਰ ਮਿਲਦੀ ਹੈ ਜੀ, ਹੈ ਨਾ। ਅਤੇ ਤੁਸੀਂ ਉਹਨਾਂ 'ਚ ਬੰਦ ਜਿਹੜੇ ਛੰਦ ਜਿਹੜਾ ਕੁਛ ਵੀ ਉਹਦੇ 'ਚ ਹੈਗੇ ਨੇ ਉਹ ਅਲੱਗ ਅਲੱਗ ਮਿਲਣਗੇ ਕਈ ਥਾਵਾਂ 'ਤੇ ਤੁਹਾਨੂੰ, ਪਰ ਜੇ ਤੁਸੀਂ ਹੀਰ ਦੇ ਇਸ਼ਕ ਨਾਲ ਉਹਦੇ ਅਕੀਦੇ ਨਾਲ ਪੂਰਾ ਐਨ ਤੁਸੀਂ ਇੱਕ ਚਿੱਤ ਹੋ, ਤੁਸੀਂ ਛਾਂਟ ਲਓਗੇ ਵੀ ਯਾਰ ਆਹ ਕੱਚਾ। ਬਿਲਕੁਲ, ਹੈ ਨਾ। ਜੇ ਤੁਸੀਂ ਹੀਰ ਨੂੰ ਇੰਨੀ, ਮਤਲਬ ਮੈਂ ਅਗਲੀ ਕਿਤਾਬ 'ਚ ਵੀ ਕੁਛ ਲਿਖ ਰਿਹਾ ਉਹਦੇ ਬਾਰੇ, ਹੀਰ ਦੇ ਬਾਰੇ, ਨਾ, ਅਤੇ ਮਤਲਬ ਤੁਸੀਂ ਜੇ ਹੀਰ ਦੇ ਨਾਲ ਜੇ ਤੁਸੀਂ ਥੋੜ੍ਹੀ ਮੋਟੀ ਤੁਹਾਡੀ ਬੈਠਕ ਹੋਈ ਆ ਤੁਹਾਡੇ ਦਿਮਾਗ ਦੀ, ਤੁਹਾਡੇ ਦਿਲ ਦੀ, ਤਾਂ ਤੁਸੀਂ ਜਾਣ ਲਉਂਗੇ ਕਿ ਆਹ ਚੀਜ਼ ਯਾਰ ਇਹ ਵਾਰਿਸ ਨਹੀਂ, ਇੱਥੇ ਆਹ ਕੱਚਾਪਣ ਆ ਗਿਆ ਵੀ ਇਹ ਬਾਅਦ 'ਚ ਰਲਾਈ ਹੋਈ ਚੀਜ਼ ਆ। ਮਤਲਬ ਇਹ ਕੋਈ ਚਿੰਤਾ ਨਹੀਂ ਹੈਗੀ, ਪਰ ਇਹ ਆ ਜ਼ਰੂਰ ਕਿ ਇੱਕ ਸਾਹਿਤ ਜਿਹੜਾ ਨਵੇਂ ਮੁੰਡਿਆਂ ਨੂੰ, ਨਵੇਂ ਉੱਠਣ ਵਾਲਿਆਂ ਨੂੰ ਥੋੜ੍ਹਾ ਜਿਹਾ ਉਲਝਾ ਲੈਂਦਾ, ਉਹ ਜ਼ਰੂਰ ਆ, ਪਰ ਉਹ 'ਚੋਂ ਲੰਘ ਕੇ ਹੀ ਤੁਸੀਂ ਫਿਰ ਸਵਾਦ ਵੀ ਹੈ ਇੱਕ, ਤੁਸੀਂ ਜਦੋਂ ਵੱਡੀ ਹੋਈ ਵੱਡੀ ਚੀਜ਼ ਪੜ੍ਹੋਗੇ ਤਾਂ ਤੁਸੀਂ ਸੋਚੋਗੇ ਯਾਰ ਉਹ ਕੀ ਕੁਛ ਪੜ੍ਹਦੇ ਰਹਿੰਦੇ ਸੀ, ਪਰ ਉਹਦੇ ਵਿੱਚ ਵੀ ਤੁਹਾਨੂੰ, ਕਿਉਂਕਿ ਨਿਓਵਾਂ ਇੱਟਾਂ ਰੋੜੇ ਵੱਟਾਂ ਸਾਰਾ ਕੁਛ ਇਹ ਚੱਲਦਾ, ਮਤਲਬ ਕੁਛ ਵੀ ਬੇਮਾਇਨਾ ਤਾਂ ਹੈ ਨਹੀਂ। ਜੇ ਉਹਨਾਂ ਨੇ ਵੀ ਕੁਛ ਲਿਖਿਆ ਜਿਹਨੂੰ ਤੁਸੀਂ ਕੱਚਾ ਹੀ ਕਹਿੰਦੇ ਹੋ, ਹੁਣ ਕੱਚਾ ਉਹ ਸ਼ੈਲੀ ਦੇ ਪੱਖੋਂ ਕੱਚਾ ਕਿ ਉਹਦੀ ਬਣਤਰ ਦੇ ਪੱਖੋਂ ਕੱਚਾ ਕਿ ਵਿਸ਼ੇ ਦੇ ਪੱਖੋਂ ਕੱਚਾ, ਪਤਾ ਨਹੀਂ ਨਾ, ਅਤੇ ਪਰ ਉਹ ਕੱਚਾ ਵੀ ਕਿਸੇ ਵਾਸਤੇ ਪੱਕਾ ਹੈਗਾ, ਉਹ ਵੀ ਕਿਸੇ ਨੂੰ ਬੜਾ ਆਨੰਦ ਦੇ ਰਿਹਾ ਹੁੰਦਾ। ਬਿਲਕੁਲ, ਪਤਾ ਨਹੀਂ ਇੱਥੇ ਕੁਛ ਵੀ ਮੇਰੇ ਵਾਸਤੇ ਮਾੜੀ ਚੀਜ਼ ਉਹਦੇ ਵਾਸਤੇ ਚੰਗੀ ਹੋ ਸਕਦੀ ਹੈ। ਸੋ ਇਹ ਤੁਹਾਡੇ 'ਤੇ ਆ ਕੇ ਤੁਸੀਂ ਉਹ 'ਚ ਚੁੱਕਦੇ ਕੀ ਹੋ, ਅਤੇ ਬਾਕੀ ਤੁਹਾਡੇ ਪੜਾਅ ਨੇ, ਤੁਹਾਡੀ ਲਾਈਫ ਦੇ ਪੜਾਅ ਨੇ, ਤੁਸੀਂ ਪੜਾਅ ਦਰ ਪੜਾਅ ਅੱਗੇ ਅੱਗੇ ਚੱਲੀ ਜਾਣਾ, ਵੱਧਦੇ ਪਿੱਛੇ ਰਹਿ ਜਾਂਦੀਆਂ ਗੱਲਾਂ, ਜਿਹੜਾ ਕੁਛ ਹੋਣਾ ਫਿਰ ਉਹੀ ਹੋ ਰਿਹਾ, ਉਹੀ ਗੱਲ ਇੱਥੇ ਆ ਗਈ। ਹਾਂਜੀ, ਤੁਸੀਂ ਅਧਿਆਪਕ ਹੋ, ਮੈਂ ਤੁਹਾਨੂੰ ਅਧਿਆਪਕ ਹੋਣ ਦੇ ਨਾਤੇ ਇੱਕ ਸਵਾਲ ਲੇਖਕ ਤੋਂ ਹਟ ਕੇ ਕਰ ਰਿਹਾ। ਜਿਵੇਂ ਕਹਿੰਦੇ ਹੁੰਦੇ ਨੇ ਕਿ ਕਿਤਾਬਾਂ ਨੇ ਜਿਹੜੀਆਂ ਸਾਡਾ ਸਭ ਤੋਂ ਵੱਡਾ ਸਰਮਾਇਆ ਹੁੰਦੀਆਂ ਨੇ, ਇਹਨਾਂ 'ਚੋਂ ਬੜਾ ਕੁਝ ਮਿਲਦਾ ਜੇ ਚਾਹੀਏ ਅਸੀਂ। ਸਾਡੀ ਇਹ ਤਰਾਸਦੀ ਹੈ, ਪਿੱਛੇ ਜੇ ਅਖਬਾਰਾਂ ਦੇ ਵਿੱਚ ਵੀ ਇਹ ਗੱਲ ਆਈ ਕਿ ਜਿਹੜੀਆਂ ਸਾਡੀਆਂ ਕਿਤਾਬਾਂ ਫੁੱਟਪਾਥਾਂ 'ਤੇ ਵਿਕਦੀਆਂ ਅਤੇ ਜੁੱਤੀਆਂ ਨੇ ਜਿਹੜੀਆਂ ਉਹ ਜਿਵੇਂ ਕਹਿ ਲਈਏ ਆਪਾਂ ਸ਼ੋਅਰੂਮਾਂ ਦੇ ਵਿੱਚ ਸਜਾਈਆਂ ਹੋਈਆਂ ਨੇ। ਅਸੀਂ ਪੱਛਮੀ ਸੱਭਿਆਚਾਰ ਦਾ ਹੋਕਾ ਦੇ ਰਹੇ ਹਾਂ ਕਿ ਸਾਨੂੰ ਉਹਨਾਂ ਨੇ ਖਰਾਬ ਕੀਤਾ, ਅਪਣਾ ਵੀ ਰਹੇ ਹਾਂ, ਪਰ ਪੱਛਮੀ ਸੱਭਿਆਚਾਰ ਵੱਲ ਨਜ਼ਰ ਮਾਰੀਏ, ਜਦੋਂ ਰੇਲਵੇ ਪਲੇਟਫਾਰਮਾਂ 'ਤੇ ਜਾਂ ਉਹਨਾਂ ਦੇ ਹਵਾਈ ਅੱਡਿਆਂ 'ਤੇ ਨਿਗਾਹ ਮਾਰਦੇ ਹਾਂ ਤਾਂ ਗੋਰੇ ਲੋਕ ਆ ਜਿਹੜੇ ਕਿਤਾਬਾਂ ਪੜ੍ਹਦੇ ਨਜ਼ਰ ਆਉਂਦੇ ਨੇ। ਬਿਲਕੁਲ ਪੜ੍ਹਦੇ, ਪਰ ਸਾਡੇ ਵਾਲੇ ਲੋਕ ਜਿਹੜੇ ਹੱਥ 'ਚ ਫੋਨ, ਮੋਬਾਈਲ ਫੋਨ ਲੈ ਕੇ ਭੱਜੇ ਫਿਰਦੇ ਨੇ, ਗਲਤੀ ਕਿੱਥੇ ਆ? ਬੱਚਿਆਂ ਨੂੰ ਸ਼ੁਰੂ ਤੋਂ ਨਹੀਂ ਦੱਸਿਆ ਗਿਆ ਜਾਂ ਕਿਤੇ ਸਮਾਜ ਦੇ ਵਿੱਚ ਇਹ ਵੱਡਿਆਂ ਦੀ ਗਲਤੀ ਆ ਕੀ? ਬੱਚੇ ਨੇ ਜਨਮ ਲਿਆ ਤਾਂ ਬੱਚਾ ਤਾਂ ਸਾਫ ਆ, ਸਪਸ਼ਟ ਆ ਨਾ, ਉਹਨੂੰ ਤਾਂ ਪਤਾ ਨਹੀਂ, ਉਹਦੇ ਕੋਲ ਤਾਂ ਤੁਸੀਂ ਸ਼ੇਰ ਵੀ ਲਿਆ ਕੇ ਬੰਨੋਗੇ, ਉਹਨੂੰ ਤਾਂ ਵੀ ਡਰ ਲੱਗਣਾ, ਉਹ ਜਵਾਕ ਉਹਨੂੰ ਤਾਂ ਪਤਾ ਨਹੀਂ ਹਜੇ ਵੀ ਸ਼ੇਰ ਕੀ, ਹਜੇ ਤਾਂ ਉਹਨੇ ਹਜੇ ਦੁਨੀਆ ਦੇਖੀ ਨਹੀਂ, ਹੈ ਨਾ। ਉਹ ਤਾਂ ਇੱਕ ਪਿਓਰ ਨਿਰਭਉ ਸਟੇਟ 'ਚ ਆ, ਉਹ ਤਾਂ ਜਿਹੜਾ ਉਦੋਂ ਵੀ ਛੋਟਾ, ਜਿਵੇਂ ਇਨਫੈਂਟ ਜਿਹੜਾ ਬੱਚਾ ਹੁੰਦਾ ਨਾ, ਅਤੇ ਹੌਲੀ ਹੌਲੀ ਵੱਡਾ ਹੁੰਦਾ, ਅਤੇ ਵੱਡਾ ਕਿੰਨਾ 'ਚ ਹੁੰਦਾ ਪੇਰੈਂਟਸ ਦੇ ਵਿੱਚ ਆ, ਉਹਦੇ 'ਚ ਮਾਪਿਆਂ 'ਚ,
ਸਕੂਲਾਂ 'ਚ ਜੀ, ਉੱਥੇ ਵਿਚਰਦਾ ਅਤੇ ਉੱਥੇ ਫਿਰ ਤੁਹਾਨੂੰ ਪਤਾ ਹੀ ਆ ਮਾਹੌਲ ਕਿਸ ਤਰ੍ਹਾਂ ਦਾ, ਇੱਕ ਦੌੜ ਆ, ਇੱਕ ਇਹ ਵੀ ਪੜਾਅ ਨੇ, ਇਹ ਵੀ ਮਤਲਬ ਅਸੀਂ ਹੁਣ ਉਸ ਪੜਾਅ 'ਚੋਂ ਲੰਘ ਰਹੇ ਹਾਂ ਜਿਹੜੇ 'ਚ ਬੜੀ ਦੌੜ ਆ, ਹਰੇਕ ਪਾਸੇ ਬੜੀ ਦੌੜ ਆ, ਬੇਸ਼ੱਕ ਉਹ ਪੈਸੇ ਪ੍ਰਤੀ ਆ, ਬੇਸ਼ੱਕ ਉਹ ਕਿਸੇ ਫੇਮ ਪ੍ਰਤੀ ਆ। ਹਾਲਾਂਕਿ ਇਹ ਗੱਲਾਂ ਹੁੰਦੀਆਂ ਚਲਕਾਰੇ ਜਿਹੀ ਨੇ, ਮਤਲਬ ਬਹੁਤ ਇੱਕ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਜਿਹੜੀ ਆਪਾਂ ਪ੍ਰਸਿੱਧੀ ਪਿੱਛੇ ਲੱਗੇ ਹੋਏ ਆ। ਬਹੁਤ ਛੋਟੀ ਗੱਲ ਆ, ਬਹੁਤ ਛੋਟੀ ਗੱਲ ਆ। ਮਤਲਬ ਹਾਂ, ਇਹ ਤੁਸੀਂ ਮਿਹਨਤ ਕਰਦੇ ਹੋ, ਤੁਸੀਂ ਆਪਣੇ ਆਪ ਅੱਗੇ ਆ ਜਾਂਦੇ ਹੋ, ਪਰ ਇਹ ਫੇਮ ਆ ਜਿਹੜਾ ਇਹ ਕੋਈ ਆਪਣੇ ਆਪ 'ਚ ਕਿ ਛਾਂ ਬੱਦਲਾਂ ਦੀ ਉਮਰ ਬੰਦਿਆਂ ਦੀ, ਜਦੋਂ ਉਮਰ ਹੀ ਛਾਂ ਬੱਦਲਾਂ ਦੀ ਆ ਤਾਂ ਜਿਹੜਾ ਫੇਮ ਆ ਤਾਂ ਉਹਦਾ ਵੀ ਕਿਤੇ ਨਾ ਕਿਤੇ ਬਹੁਤ ਕਾਣਾ ਹੈ ਨਾ। ਸੋ ਇਹ ਬੱਚਿਆਂ 'ਚ ਅਸੀਂ ਪਾਉਣਾ ਹੁੰਦਾ ਜੀ, ਬੱਚਿਆਂ 'ਚ ਆਪ ਮੁਹਾਰੇ ਵੀ ਪੈ ਸਕਦਾ, ਜਿਵੇਂ ਤੁਸੀਂ ਆਪਾਂ ਪਹਿਲਾਂ ਗੱਲ ਸ਼ੁਰੂ 'ਚ ਕੀਤੀ ਆ ਕਿ ਜਦੋਂ ਸਾਡਾ ਅਜੇ ਜਨਮ, ਬੱਚਿਆਂ ਦਾ ਜਨਮ ਵੀ ਨਹੀਂ ਹੋਇਆ ਹੈ ਨਾ, ਅਸੀਂ ਤੁਰਦੇ ਫਿਰਦੇ ਹਾਂ, ਸਾਡੀਆਂ ਉਸ ਵੇਲੇ ਕਿਸ ਤਰ੍ਹਾਂ ਦੀਆਂ ਹਰਕਤਾਂ ਨੇ, ਉਸ ਵੇਲੇ ਅਸੀਂ ਕਿਸ ਚੀਜ਼ ਨੂੰ ਪੜ੍ਹ ਰਹੇ ਹਾਂ, ਕਿਸ ਚੀਜ਼ ਨੂੰ ਦੇਖ ਰਹੇ ਹਾਂ, ਸਾਡੇ ਕੋਲ ਕਿਸੇ ਧਰਮ ਦਾ, ਕਿਸੇ ਅਕੀਦੇ ਦਾ, ਕਿਸੇ ਬਾਣੀ ਦਾ, ਕਿਸੇ ਸ਼ਲੋਕਾਂ ਦਾ ਕੋਈ ਆਸਰਾ ਹੈਗਾ ਕਿ ਅਸੀਂ ਆਪ ਮੁਹਾਰੇ ਤੁਰੇ ਫਿਰਦੇ ਹਾਂ? ਜੇ ਉਹ ਹੈਗਾ ਤਾਂ ਉਹ ਹੌਲੀ ਹੌਲੀ ਸਾਡੀਆਂ ਪੀੜ੍ਹੀਆਂ 'ਚ ਪਊਗਾ। ਇਹ ਨਹੀਂ ਕਿ ਸਾਡੀਆਂ ਪੀੜ੍ਹੀਆਂ ਵੀ ਮੈਂ ਅਲੱਗ ਹਾਂ ਅਤੇ ਉਹ ਅਲੱਗ ਆ, ਬਹੁਤ ਮਤਲਬ ਬ੍ਰਿਜਿੰਗ ਹੋਈ ਹੋਈ ਆ, ਆਪਸ 'ਚ ਜੁੜੇ ਹੋਏ ਆ ਨਾ। ਤਾਂ ਕਰਕੇ ਆ ਕਿ ਜਿਹੜੀ ਇਹ ਅੱਜ ਕੱਲ੍ਹ ਰੌਲਾ ਪੈ ਰਿਹਾ ਕਿ ਸਾਰਾ ਕੁਛ ਬਦਲ ਗਿਆ ਜੀ, ਬਦਲ ਬਿਲਕੁਲ ਗਿਆ, ਅਤੇ ਪਰ ਨਾਲ ਦੀ ਨਾਲ ਬਹੁਤ ਇਸ ਤਰ੍ਹਾਂ ਦੀਆਂ ਉਦਾਹਰਨਾਂ ਵੀ ਮਿਲ ਜਾਂਦੀਆਂ ਨੇ, ਇਸ ਤਰ੍ਹਾਂ ਦੇ ਸੋਮੇ ਫਿਰ ਉੱਠ ਖੜ੍ਹਦੇ ਨੇ ਜਿਨ੍ਹਾਂ ਤੋਂ ਸੇਧ ਲੈ ਕੇ ਹੋਰ 10-20-15 ਸੈਂਕੜਿਆਂ ਤੱਕ ਇੱਕ ਨਵੀਂ ਲੀਤ ਇੱਕ ਵੱਲ ਗੱਲ। ਤੁਸੀਂ ਇਹੀ ਚੀਜ਼ ਨੂੰ ਸਪਸ਼ਟ ਕੀਤਾ ਕਿਤਾਬਾਂ ਵਾਲਾ ਰੱਖਣਾ ਦੇ ਵਿੱਚ ਜਾ ਕੇ? ਹਾਂ, ਮਤਲਬ ਕਦੇ ਵੀ ਕਿਸੇ ਵੀ ਦੌਰ 'ਚ ਕੁਛ ਖਤਮ ਨਹੀਂ ਹੁੰਦਾ ਹੁੰਦਾ, ਮੇਰੀ ਇਹ ਆ। ਜੇ ਹੁਣ ਅਸੀਂ ਨਾ ਕਿਉਂ ਪੁਰਾਣੀਆਂ ਕਿਤਾਬਾਂ ਪੜ੍ਹਨ ਲੱਗ ਗਿਆ, ਫਰੋਲਣ ਲੱਗ ਗਿਆ, 1960 ਦੀਆਂ 70 ਵੇਲੇ ਦੀਆਂ, ਉਹਨਾਂ 'ਚ ਲਿਖਿਆ ਹੋਇਆ ਸੀ ਕਿ ਪੰਜਾਬੀ ਨੂੰ ਬਹੁਤ ਵੱਡਾ ਖਤਰਾ, ਉਹਨਾਂ ਦੇ ਵਿੱਚ ਵੀ ਚਿੰਤਾ ਸੀ, ਹੁਣ ਵੀ ਚਿੰਤਾ। ਅਤੇ ਅੱਜ ਕਿੰਨੇ ਸਾਲ ਹੋ ਗਏ, 40 ਸਾਲ ਸਿੱਧੇ ਹੋ ਗਏ, 40-45 ਪਤਾ ਨਹੀਂ ਜਿੰਨੇ ਵੀ ਸਾਲ ਹੋ ਗਏ, ਅੱਜ ਵੀ ਸੇਮ ਚਿੰਤਾ। ਮੇਰੇ ਖਿਆਲ 'ਚ ਕੋਈ ਐਡਾ ਤਾਂ ਨਹੀਂ ਗਿਰਾਵਟ ਆਈ ਸੜਕਾਂ 'ਤੇ, ਜਿਹੜੇ ਦਿਸ਼ਾ ਸੂਚਕ ਬੋਰਡ ਨੇ ਇਹਨਾਂ ਨੂੰ ਲੈ ਕੇ ਪੰਜਾਬ 'ਚ ਪਿੱਛੇ ਜੇ ਬੜਾ ਰੌਲਾ ਪਿਆ ਕਿ ਪੰਜਾਬੀ ਦੂਜੇ ਨੰਬਰ 'ਤੇ ਪੰਜਾਬ 'ਚ ਹੀ ਖਤਮ ਹੋ ਜੂ? ਪੰਜਾਬੀ ਨਹੀਂ ਖਤਮ ਹੋ ਸਕਦੀ ਇਸ ਤਰ੍ਹਾਂ, ਕਿਉਂਕਿ ਜਿਹੜਾ ਉਹਦਾ ਥੰਮ ਹੈ, ਜਿਹੜਾ ਉਹਦਾ ਧੁਰਾ, ਜਿਹੜਾ ਉਹਦਾ ਮਰਕਜ਼ ਆ, ਉਹ ਬੜਾ ਗਹਿਰ ਗੰਭੀਰ ਆ, ਉਹ ਇੱਦਾਂ ਨਹੀਂ ਖਤਮ ਹੋਣ ਵਾਲੀ ਚੀਜ਼ ਹੈਗੀ। ਜੇ ਫਿਰ ਐਂ ਖਤਮ ਹੋਣ ਲੱਗ ਗਈ ਫਿਰ ਤਾਂ ਸਾਡੀ ਸਾਰੇ ਬਾਬਿਆਂ ਦੀਆਂ ਜਿਹੜੀਆਂ ਘਾਲਣਾ ਸੀ, ਸਾਰੀ ਉਹਨਾਂ ਦੀ ਜਿਹੜੀ ਕਮਾਈ ਸੀ, ਉਹ ਫਿਰ ਉਹਦਾ ਤਾਂ ਕੋਈ ਫਿਰ ਅਸੀਂ ਮੁੱਲ ਨਹੀਂ ਪਾ ਰਹੇ ਹੈ ਨਾ। ਤੁਸੀਂ ਅਸੀਂ ਇੱਕ ਹੋਰ ਗਿਲਾ ਕਰਦੇ ਹੁੰਦੇ ਹਾਂ ਕਿ ਚੰਗਾ ਸਾਹਿਤ ਨਹੀਂ ਰਚਿਆ ਜਾ ਰਿਹਾ, ਚੰਗੀ ਕਵਿਤਾ ਨਹੀਂ ਆ ਰਹੀ, ਪਰ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਜਿਹੜੇ ਬੰਦੇ ਨੇ ਮੰਨ ਲਓ 1950 'ਚ ਕੁਛ ਲਿਖਤਾ, ਬਹੁਤ ਵੱਡੀ ਰਚਨਾ ਰਚਤੀ, ਤੁਸੀਂ ਬੇਸ਼ੱਕ ਹੀਰ ਦੀ ਗੱਲ ਕੀਤੀ ਇਹਨੂੰ ਲੈ ਲਓ, ਬੇਸ਼ੱਕ ਤੁਸੀਂ ਕੋਈ ਵੀ ਕਿਤਾਬ ਲੈ ਲਓ ਇਸ ਤਰ੍ਹਾਂ ਦੀ ਜਿਹਨੇ ਵੱਡਾ ਅਸਰ ਪਾਇਆ, ਤਾਂ ਉਹਨਾਂ ਨੇ ਉਹ 1950 ਦੇ ਬੰਦਿਆਂ ਵਾਸਤੇ ਹੀ ਨਹੀਂ ਲਿਖਿਆ ਸੀ, ਉਹਨਾਂ ਨੇ 2050 ਦੇ ਵਾਸਤੇ ਵੀ ਲਿਖਿਆ ਸੀ। ਜੇ ਮਤਲਬ ਉਹ ਚੀਜ਼ 100 ਸਾਲ, 200 ਸਾਲ, 300 ਸਾਲ ਚੱਲੂਗੀ, ਚੱਲੂਗੀ, ਇਹਦਾ ਮਤਲਬ ਘਾਟਾ ਤਾਂ ਕਿਤੇ ਵੀ ਨਹੀਂ ਹੈਗਾ। ਜੇ ਹੁਣ ਅਸੀਂ ਇਹ ਕਹਾਂਗੇ ਕਿ ਆਏ ਸਾਲ ਹੀ ਕੋਈ ਵੱਡਾ ਕਵੀ ਯੁਗ ਕਵੀ ਪੈਦਾ ਹੁੰਦਾ ਰਹੇ ਤਾਂ ਸਾਡੀ ਫਿਰ ਪ੍ਰੋਬਲਮ ਆ ਨਾ, ਇਹ ਤਾਂ ਕਦੇ ਵੀ ਨਹੀਂ ਹੁੰਦਾ। ਉਹਨੂੰ ਵੀ ਐਡੇ ਵੱਡੇ ਕਵੀ ਨੂੰ, ਐਡੀ ਵੱਡੀ ਰਚਨਾ ਨੂੰ ਆਉਣ ਵਾਸਤੇ ਬਹੁਤ ਸੈਂਕੜੇ ਸਾਲ ਲੱਗ ਜਾਂਦੇ, ਉਹ ਵੀ ਖਾਸ ਤਰ੍ਹਾਂ ਦੀਆਂ ਮੌਸਮਾਂ 'ਚੋਂ ਲੰਘ ਕੇ ਆਊਗਾ, ਐਂ ਤਾਂ ਨਹੀਂ ਕੋਈ ਮਤਲਬ ਵੀ ਆਏ ਸਾਲ ਹੀ ਕੋਈ ਵੱਡਾ ਕਵੀ ਜਾਂ ਵੱਡਾ ਕੋਈ ਇਸ ਤਰ੍ਹਾਂ ਦਾ ਕੋਈ ਫਿਗਰ ਸਾਹਮਣੇ ਆ ਜੂਗੀ, ਇਹ ਤਾਂ ਕਦੇ ਵੀ ਨਹੀਂ ਹੁੰਦਾ ਹੁੰਦਾ। ਸਾਡੇ ਕੁਛ ਗਿਲੇ ਸਾਡੇ ਅਜੀਬ ਨੇ, ਕੁਛ ਗਿਲੇ ਸਾਡੇ ਸਹੀ ਵੀ ਹੈਗੇ ਨੇ, ਹੈ ਨਾ। ਅਸੀਂ ਬੱਚਿਆਂ ਪ੍ਰਤੀ ਸੋਚਦੇ ਹਾਂ, ਅਸੀਂ ਪੀੜ੍ਹੀਆਂ ਪ੍ਰਤੀ ਸੋਚਦੇ ਹਾਂ, ਤਾਂ ਸਾਡੇ ਗਿਲੇ ਜਾਇਜ਼ ਨੇ,
ਸਾਨੂੰ ਲੱਗਦਾ ਕਿ ਯਾਰ ਆਹ ਗੱਲਾਂ ਜੇ ਐਂ ਕਰ ਦਈਏ ਤਾਂ ਆਹ ਠੀਕ ਹੋਜੂ, ਓਨੀ ਕੁ ਗੱਲ ਠੀਕ ਆ, ਬਾਕੀ ਕੁਛ ਗੱਲਾਂ ਤੋਂ ਸਾਨੂੰ ਮੁੜ ਕੇ ਪੋਜ਼ਿਟਿਵਿਟੀ ਵੱਲ ਵਧਣਾ ਚਾਹੀਦਾ ਕਿ ਕਾਫੀ ਕੁਛ ਚੰਗਾ ਵੀ ਤਾਂ ਹੋ ਰਿਹਾ ਨਾ। ਜਿਹੜੀਆਂ ਪੀੜ੍ਹੀਆਂ ਸਾਡੀਆਂ ਅੱਗੇ ਵਿਦੇਸ਼ਾਂ ਦੇ ਵਿੱਚ ਜਾ ਕੇ ਸੈੱਟ ਹੋ ਗਈ, ਹੁਣ ਲੋਕ ਚਲੇ ਗਏ, ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਹੋਣਗੀਆਂ, ਕੀ ਉਹ ਪੰਜਾਬੀ ਪ੍ਰਤੀ ਸਹਿਰਦ ਰਹਿਣਗੇ ਜਾਂ ਕਿਤੇ ਖਤਰਾ ਹੈ ਜਾਂ ਕੋਈ ਡਰਨ ਦੀ ਲੋੜ ਨਹੀਂ ਹੈ ਜਿਹੜੀ ਦੂਜੀ ਤੀਜੀ ਪੀੜ੍ਹੀ ਉਹਨਾਂ ਦੀ ਆਵੇਗੀ? ਇਹ ਉਹਨਾਂ ਦੇ ਬੀਜ ਦੇ ਵਿੱਚ ਜਿਹੜੇ ਉਹਨਾਂ ਦੇ ਮਨ, ਕਿਉਂਕਿ ਤੁਸੀਂ ਗੱਲ ਕੀਤੀ ਹੈ ਤੁਹਾਡੇ ਜਿਵੇਂ ਦਾਦਾ ਜੀ ਹੋਣਾ ਦੇ ਤੁਹਾਡੇ 'ਚ ਉਹ ਮਹਿਸੂਸ ਕਰ ਰਹੇ ਹੋ, ਉਹਨਾਂ ਦੇ ਬਾਬੇ ਦਾਦਿਆਂ ਦੀ ਚੀਜ਼ ਜਾਣ ਦੀ, ਹੁਣ ਉਹ ਗੱਲ ਪਤਾ ਨਹੀਂ ਕਿੱਥੋਂ ਆਈ ਹੋਣੀ ਹੈ ਦੇਖੋ, ਹੈ ਨਾ। ਅਤੇ ਜਿਹੜੀਆਂ ਅਗਲੀਆਂ ਪੀੜ੍ਹੀਆਂ ਬਾਹਰ ਵੱਸਦੀਆਂ ਨੇ, ਮਤਲਬ ਭਾਸ਼ਾ ਕੁਦਰਤੀ ਰੂਪ 'ਚ ਬਦਲੂਗੀ ਉਹਨਾਂ ਦੀ, ਉਹਨਾਂ ਦੇ ਲਹਿਜੇ ਬਦਲਣਗੇ, ਕਿਉਂਕਿ ਜਿਹੜੇ ਸਮੁੰਦਰ ਕੰਢੇ ਲੋਕ ਵੱਸਦੇ ਆ, ਇੱਕ ਵੱਸਦੇ ਆ ਜ਼ਮੀਨ 'ਤੇ, ਇੱਕ ਵੱਸਦੇ ਆ ਪਹਾੜ 'ਚ, ਉਹਨਾਂ ਦੀ ਜਿਹੜੀਆਂ ਵੋਕਲ ਕੋਰਡਸ ਨੇ, ਜਿਹੜੀਆਂ ਗਲੇ ਦੀਆਂ ਬਣਤਰਾਂ ਨੇ, ਜਿਹੜੀਆਂ ਉਹਨਾਂ ਦੀਆਂ ਜੀਭਾਂ ਨੇ, ਜਿਹੜੀ ਉਹਨਾਂ ਦੀਆਂ ਅੰਦਰਲੇ ਅੰਗਾਂ ਦੀ ਬਣਾਵਟ ਆ, ਉਹ ਵੀ ਬਦਲ ਜਾਂਦੀ ਆ। ਹੁਣ ਚੌਲ ਖਾਣ ਵਾਲੇ ਲੋਕ ਨੇ, ਇੱਕ ਕਣਕ ਖਾਣ ਵਾਲੇ ਨੇ, ਹੈ ਨਾ, ਇੱਕ ਮਾਸ ਖਾਂਦੇ ਨੇ, ਬਿਲਕੁਲ ਉਹਨਾਂ ਦੇ ਅੰਗਾਂ ਦੀਆਂ ਬਣਤਰਾਂ ਵੀ ਬਦਲ ਜਾਂਦੀਆਂ, ਫਰਕ ਪੈ ਜਾਂਦਾ। ਸੋ ਇਹ ਤਾਂ ਬੜੀਆਂ ਉਹ ਗੱਲਾਂ ਨੇ ਕਿ ਬਦਲਾਅ ਤਾਂ ਆਉਣਗੇ, ਬਦਲਾਅ ਬੇਸ਼ੱਕ ਆਉਣਗੇ, ਪਰ ਇਹ ਹੈ ਕਿ ਬਦਲਾਵਾਂ ਦੇ ਆਉਣ ਦੇ ਬਾਵਜੂਦ ਵੀ ਉਹਨਾਂ ਦੇ ਮਨਾਂ 'ਚ, ਬੇਸ਼ੱਕ ਉਹ ਸਾਰੀ ਬੋਲੀ ਭੁੱਲ ਗਏ, ਪਰ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ 'ਚ ਕੋਈ ਚੀਜ਼ ਫਿਰਦੀ ਹਜੇ ਵੀ ਖੇਡਦੀ ਕਿ ਯਾਰ ਪੰਜਾਬੀ ਕਿੰਨੀ ਵਧੀਆ ਚੀਜ਼ ਆ, ਫਿਰ ਵੀ ਕਿਤੇ ਹੈਗੀ ਹੈ। ਬਿਲਕੁਲ, ਜੇ ਇਹ ਵੀ ਰਹੂਗੀ ਨਾ, ਇਹ ਚੀਜ਼ ਵੀ ਰਹੂਗੀ, ਤਾਂ ਵੀ ਮੇਰੇ ਖਿਆਲ 'ਚ ਮੈਂ ਪੋਜ਼ਿਟਿਵ ਹਾਂ, ਮਤਲਬ ਵੀ ਘੱਟੋ ਘੱਟ ਪੰਜਾਬ ਪ੍ਰਤੀ ਜਾਂ ਪੰਜਾਬ ਸ਼ਬਦ ਨੂੰ ਲੈ ਕੇ ਉਹਨਾਂ 'ਚ ਕੋਈ ਖੇੜਾ ਉੱਠਦਾ ਕਿ ਨਹੀਂ ਉੱਠਦਾ, ਜਾਂ ਪੰਜਾਬੀ ਦੇ ਜਿਹੜੇ ਟਕਸਾਲੀ ਸ਼ਬਦ ਨੇ, ਉਹ ਸਾਡੀ ਗੁਰਬਾਣੀ ਆ, ਗੁਰਬਾਣੀ ਦੇ ਵਿੱਚ ਬਹੁਤ ਪੋਲੇ ਪੋਲੇ ਸ਼ਬਦ ਨੇ, ਬਹੁਤ ਪਿਆਰੇ ਅਤੇ ਬਹੁਤ ਜ਼ਿਆਦਾ ਖੜਕਵੇਂ ਵੀ ਹੈਗੇ ਨੇ। ਉਹ ਖੜਕਵੇਂ ਸ਼ਬਦ ਉਹਨਾਂ ਨੂੰ ਉਹਨਾਂ ਦੇ ਦਿਮਾਗਾਂ 'ਚ ਖੜਕਾ ਜਦੋਂ ਤੱਕ ਕਰਦੇ ਰਹਿਣਗੇ, ਉਦੋਂ ਤੱਕ ਮਤਲਬ ਅਸੀਂ, ਸਾਨੂੰ ਆਸ ਵੱਜਦੀ ਰਹੂਗੀ, ਕਿਉਂਕਿ ਇਹ ਹੀ ਕਾਫੀ ਹੁੰਦਾ ਮੇਰੇ ਖਿਆਲ 'ਚ। ਬਾਕੀ ਮੈਂ ਸਾਰੀਆਂ ਭਾਸ਼ਾਵਾਂ ਨੂੰ ਹੀ ਵਧੀਆ ਮੰਨਦਾ ਹੁੰਦਾ, ਮਤਲਬ ਕਾਫੀ ਮੈਂ ਦੇਖਦਾ ਉਦੋਂ ਔਖਾ ਲੱਗਦਾ ਕਿ ਪੰਜਾਬੀ ਪ੍ਰਤੀ ਸਹਿਰਦਾਂ ਠੀਕ ਆ, ਪਰ ਅਸੀਂ ਪੰਜਾਬੀ ਨੂੰ ਐਡਾ ਐਂ ਵੀ ਨਾ ਕਹੀਏ ਕਿ ਬਾਕੀ ਭਾਸ਼ਾਵਾਂ, ਅਸੀਂ ਹਿੰਦੀ ਬੇਸ਼ੱਕ ਕਿਵੇਂ ਵੀ ਆ, ਹਿੰਦੀ ਅਸੀਂ ਕਹਿ ਰਹੇ ਹਾਂ ਕਿ ਹਿੰਦੀ ਜਾਣ ਬੁੱਝ ਕੇ ਅਟੈਕ ਕਰ ਰਹੀ ਆ, ਪੈਲ ਵਿੱਚ ਜਾ ਰਿਹਾ, ਓਕੇ ਉਹ ਹੈਗਾ, ਉਹ ਗੱਲ ਹੈਗਾ, ਮੈਂ ਦੇਖਦਾ ਕਿਤਾਬਾਂ ਦੇ ਵਿੱਚ ਵੀ, ਪ੍ਰਾਇਮਰੀ ਕਲਾਸਾਂ ਦੀਆਂ ਵਿੱਚ ਵੀ ਕਿਤੇ ਨਾ ਕਿਤੇ ਸ਼ਬਦ ਵਾੜੇ ਜਾ ਰਹੇ ਨੇ, ਹੈ ਨਾ, ਉਹ ਇੱਕ ਅਲੱਗ ਮੁੱਦਾ। ਪਰ ਜੇ ਤੁਸੀਂ ਹੁਣ ਕਹਿੰਦੇ ਕਿ ਯੱਕੇ ਨੂੰ ਯੱਕਾ ਹੀ ਕਹਿਣਾ, ਟਾਂਗਾ ਸੋਰੀ ਵੀ ਟਾਂਗਾ ਕਹਿਣਾ, ਯੱਕਾ ਨਹੀਂ ਕਹਿਣਾ ਜਾਂ ਕੁਛ ਵੀ ਆ, ਪਰ ਮੇਰੇ ਵਾਸਤੇ ਉਹ ਦੋਵੇਂ ਸ਼ਬਦ ਹੀ ਪਵਿੱਤਰ ਨੇ। ਮੈਂ ਇੱਥੇ ਐਂ ਨਹੀਂ ਕਹੂੰਗਾ, ਉਹ ਮਸਲਾ ਵੱਖਰਾ ਕਿ ਸਾਡੇ ਜਾਣ ਬੁੱਝ ਕੇ ਜਿਹੜੀ ਘੁਸਪੈਠ ਹੋ ਰਹੀ ਆ, ਉਹ ਵੱਖਰਾ ਮਸਲਾ। ਪਰ ਇੱਥੇ ਅਸੀਂ ਵੱਖਰੇ ਮਸਲੇ ਦੇ ਨਾਲ ਨਾਲ ਇਹ ਨਾ ਭੁੱਲ ਜਾਈਏ ਕਿ ਸਾਡੀ ਉਹ ਕੌਮਾਂ ਜਿਹੜੀ ਅੱਖਰ ਨੂੰ, ਜਿਹੜੇ ਸ਼ਬਦ ਨੂੰ ਹਮੇਸ਼ਾ ਵਡਿਆਉਂਦੀ ਰਹੀ ਆ, ਉਹਨੂੰ ਮੱਥਾ ਟੇਕਦੀ, ਸ਼ਬਦ ਗੁਰੂ। ਹਾਂ, ਅਸੀਂ ਇੰਗਲਿਸ਼ ਵੀ ਸਾਡੇ ਵਾਸਤੇ ਉਨੀ ਹੀ ਪਵਿੱਤਰ ਆ, ਪੰਜਾਬੀ ਵੀ ਪਵਿੱਤਰ ਆ, ਹਿੰਦੀ ਵੀ ਪਵਿੱਤਰ ਆ, ਮਤਲਬ ਬੇਸ਼ੱਕ ਕੋਈ ਵੀ ਭਾਸ਼ਾ, ਜਹਾਨ ਦੀ ਕੋਈ ਵੀ ਭਾਸ਼ਾ, ਉਹ ਭਾਸ਼ਾ ਸੋਹਣੀ ਆ, ਬਹੁਤ ਸੋਹਣੀ ਆ। ਕੁਛ ਗੱਲਾਂ ਇੰਗਲਿਸ਼ 'ਚ ਬਹੁਤ ਸੋਹਣੀਆਂ ਨੇ, ਅਸੀਂ ਐਵੇਂ ਕਿਵੇਂ ਕਹਿ ਦਾਂਗੇ ਕਿ ਇੰਗਲਿਸ਼ ਤਾਂ ਗੋਰਿਆਂ ਦੀ ਆ ਜੀ, ਫਰੰਗੀਆਂ ਦੀ ਆ, ਬੇਸ਼ੱਕ ਕੁਛ ਵੀ ਆ, ਪਰ ਜਿੰਨਾ ਰਾਹਾਂ 'ਚੋਂ ਜਿਹੜੀਆਂ ਭਾਸ਼ਾਵਾਂ ਲੰਘ ਕੇ ਆਉਂਦੀਆਂ ਨੇ, ਉਹ ਰਾਹ ਸਾਰੇ ਸੋਹਣੇ ਹੁੰਦੇ ਨੇ। ਮਨੁੱਖ ਸ਼ੁਰੂ ਤੋਂ ਹੀ ਧਰਮਾਂ ਦੇ ਦਾਇਰੇ ਦੇ ਵਿੱਚ ਵੱਜਿਆ ਆ, ਧਰਮ ਸਮੇਂ ਸਮੇਂ 'ਤੇ ਆਉਂਦੇ ਜਾਂਦੇ ਰਹੇ ਨੇ, ਹੋਰ ਨਵੇਂ ਧਰਮ ਵੀ ਉਪਜੇ ਨੇ, ਪੁਰਾਣੇ ਧਰਮਾਂ ਨੇ ਵੀ ਆਪਣਾ ਪ੍ਰਭਾਵ ਜਮਾਇਆ, ਸਾਮਰਾਜ ਵਧਣ ਘਟਣ ਦੇ ਨਾਲ ਵੀ ਧਰਮਾਂ ਦਾ ਅਸਰ ਵਧਿਆ ਘਟਿਆ। ਧਰਮ ਦਾ ਮਨੁੱਖ 'ਤੇ ਪ੍ਰਭਾਵ ਹੈ ਜਿਹੜਾ, ਇਹਨੂੰ ਕਿਵੇਂ ਵੇਖਦੇ ਹੋ? ਧਰਮ ਤੋਂ ਕਿੰਨੀ ਕੁ ਸੇਧ ਲੈ ਰਿਹਾ ਅਜੋਕਾ ਮਨੁੱਖ, ਜਾਂ ਕਿਤੇ ਸੰਕੀਰਨਤਾ ਦਾ ਹੀ ਪਾਤਰ ਬਣ ਰਿਹਾ?
ਧਰਮ ਬਹੁਤ ਵੱਡੀ ਚੀਜ਼ ਆ। ਪਿਛਲਾ ਦੌਰ ਜਿਵੇਂ ਤੁਸੀਂ ਗੱਲ ਕੀਤੀ ਪਹਿਲਾਂ ਸ਼ੁਰੂ 'ਚ ਵੀ, ਇੱਕ ਦੌਰ ਜਿਹਾ ਰਿਹਾ ਕਿ ਧਰਮ ਨੂੰ ਹੋਰ ਪਾਸੇ ਜੋੜਤਾ, ਧਰਮ ਨਸ਼ੇ ਨਾਲ ਜੋੜ, ਧਰਮ ਤਾਂ ਇੱਕ ਹੋਰ ਤਰ੍ਹਾਂ ਦਾ ਨਾ ਤੁਹਾਨੂੰ ਦਿੱਤਾ ਜਾ ਰਿਹਾ। ਅਸੀਂ ਕੁਛ ਸ਼ਬਦਾਂ ਦੇ ਮਾਇਨੇ ਵਿਗਾੜ ਲਏ ਜਿਹਨਾਂ 'ਚ ਧਰਮ ਵੀ ਇੱਕ ਆ। ਧਰਮ ਦਾ ਅਰਥ ਸੀ ਹੀਲਿੰਗ, ਤੁਸੀਂ ਉੱਪਰ ਨੂੰ ਉੱਠਣਾ, ਤੁਸੀਂ ਮਤਲਬ ਰਿਫੋਰਮਿੰਗ ਜਿਹੜਾ ਵਾਲਾ, ਜਿਹੜਾ ਇੱਕ ਸ਼ੁੱਧੀ ਕਰਨਾ ਜਿਹੜਾ ਹੈ ਨਾ, ਉਹ 'ਚ ਤੁਸੀਂ ਪੈਰ ਧਰ ਲਿਆ। ਤਾਂ ਧਰਮ ਤੁਸੀਂ ਕਿਤੇ ਵੀ ਬੈਠ ਕੇ ਪੁਗਾ ਸਕਦੇ ਹੋ। ਅਸੀਂ ਗੱਲਾਂ ਕਰ ਰਹੇ ਹਾਂ, ਸਾਡੀਆਂ ਗੱਲਾਂ 'ਚ ਬੜੀ ਬਰੀਕੀ ਹੈ, ਬੜੀ ਸ਼ੁੱਧਤਾ, ਬੜਾ ਪਰਫੈਕਸ਼ਨ ਹੈ, ਤਾਂ ਇਹ ਵੀ ਧਰਮ ਆ। ਧਰਮ ਪਹਿਰਾਵੇ 'ਚ ਵੀ ਆ, ਧਰਮ ਪਹਿਰਾਵੇ 'ਚ ਵੀ ਆ, ਮਤਲਬ ਤੁਸੀਂ ਕਿਸ ਤਰ੍ਹਾਂ ਦਾ ਪਹਿਨਦੇ ਹੋ, ਤੁਸੀਂ ਤੁਹਾਡੀ ਬੋਲੀ 'ਚ ਵੀ ਆ, ਮਤਲਬ ਹਰ ਚੀਜ਼ ਤਾਂ ਧਾਰਮਿਕ ਆ। ਹੁਣ ਅਸੀਂ ਗੀਤ ਕਰਦੇ ਹਾਂ, ਅਸੀਂ ਉਹਨਾਂ ਗੀਤਾਂ ਨੂੰ ਧਾਰਮਿਕ ਕਹਿੰਦੇ ਹਾਂ ਜਿਨ੍ਹਾਂ 'ਚ ਗੁਰੂ ਸਾਹਿਬ ਦਾ ਜ਼ਿਕਰ ਆ, ਜਿਨ੍ਹਾਂ 'ਚ ਬਾਣੀ ਆ। ਬਿਲਕੁਲ। ਪਰ ਜੇ ਕੋਈ ਬਹੁਤ ਇਹਨਾਂ ਗੱਲਾਂ ਦਾ ਕਿਤੇ ਵੀ ਜ਼ਿਕਰ ਨਾ ਹੋਵੇ, ਕੋਈ ਰੋਮੈਂਟਿਕ ਗੀਤ ਆ, ਮਤਲਬ ਮੈਂ ਅਜੀਬ ਜਿਹੀ ਗੱਲ ਕਰਦਾ ਨਾ, ਪਰ ਜੇ ਤੁਸੀਂ ਬੜਾ ਤੁਹਾਡਾ ਟੇਕ ਆ, ਬੜਾ ਇੱਕ ਤੁਹਾਡਾ ਜੁੜਿਆ ਹੋਇਆ ਤੁਸੀਂ ਉਹਦੇ ਚੀਜ਼ ਦੇ ਨਾਲ, ਤਾਂ ਹਰ ਚੀਜ਼ ਧਾਰਮਿਕ ਆ। ਧਰਮ ਕੋਈ ਐਂ ਨਹੀਂ ਹੈਗਾ ਕਿ ਇੱਕ ਹੀ ਚੀਜ਼ ਨਾਲ ਬੱਝਣ ਵਾਲੀ ਗੱਲ ਆ। ਧਰਮ ਸੰਪੂਰਨਤਾ, ਧਰਮ ਸਾਰਾ ਆਕਾਸ਼ ਆ, ਧਰਮ ਧਰਤੀ ਆ, ਧਰਮ ਸਾਰਾ ਕੁਛ ਧਰਮ ਆ, ਮਤਲਬ ਕਿਉਂਕਿ ਸਾਰਾ ਕੁਛ ਪਰਫੈਕਟ ਆ। ਪਰ ਇੱਥੇ ਇਵੇਂ ਕਿਉਂ ਹੈ ਕਿ ਧਰਮਾਂ ਨੂੰ ਲੈ ਕੇ ਜਿਵੇਂ ਸਮੁੰਦਰਾਂ ਦੇ ਅੱਡੋ ਅੱਡੀ ਰੰਗਾਂ ਦੇ ਪਾਣੀ ਵੀ ਕਿਤੇ ਨਾ ਕਿਤੇ ਜਾ ਕੇ ਮਿਲ ਜਾਂਦੇ ਨੇ, ਪਤਾ ਲੱਗਦਾ ਕਿ ਸਮੁੰਦਰ ਇੱਕ ਹੈ ਬਟ ਪਾਣੀਆਂ ਦੇ ਰੰਗ ਅੱਡ ਅੱਡ ਨੇ, ਪਰ ਜਿਹੜੇ ਧਰਮਾਂ ਨੂੰ ਲੈ ਕੇ ਸਾਡੇ ਵਿੱਚ ਵਿਖਾਦ ਹੁੰਦੇ ਨੇ, ਧਰਮਾਂ ਨੂੰ ਲੈ ਕੇ ਅਸੀਂ ਸੋਚਦੇ ਹਾਂ ਉਹ ਫਲਾਣੇ ਧਰਮ ਦਾ, ਮੈਂ ਫਲਾਣੇ ਧਰਮ ਦਾ, ਇੱਥੇ ਕਿਉਂ ਆ ਕੇ ਕੰਧ ਖੜੀ ਹੋ ਜਾਂਦੀ ਹੈ? ਉਹ ਬਸ ਕਿਉਂਕਿ ਧਰਮ ਤਾਂ ਜਿਹੜਾ ਕੁਦਰਤ ਦੀ ਜਾਂ ਰੱਬ ਨੂੰ ਮਿਲਣ ਦੀ ਗੱਲ ਕਰਦਾ, ਸੰਕੇਤ ਨਹੀਂ ਫੜ ਪਾਉਂਦੇ ਅਸੀਂ, ਮਤਲਬ ਪਤਾ ਨਹੀਂ ਤਾਂ ਉਹ ਗੱਲਾਂ ਬਹੁਤ ਵੱਡੀਆਂ ਨੇ, ਅਸੀਂ ਛੋਟੇ ਰਹਿ ਜਾਂਦੇ ਹਾਂ। ਅਮਰੁਲ 'ਤੇ ਫਿਰ 'ਤੇ ਕੋਈ ਬਾਤ ਨਾ ਪੁੱਛਦਾ, ਜਿਵੇਂ ਨਾ ਕਿਹਾ ਹੋਇਆ, ਵਾਹਿਗੁਰੂ ਡੁੱਬਾ ਸੰਸਾਰ, ਧਰਮ ਦੀ ਗੱਲ, ਗੁਰੂ ਦੀ ਗੱਲ ਅਸੀਂ ਸਮਝ ਨਹੀਂ ਪਾਉਂਦੇ। ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ ਤਾਂ ਅਸੀਂ ਪਹਿਲਾਂ ਟੀਕੇ ਜਿਹੜੇ ਉਹਦੇ ਅਰਥ ਕੀਤੇ ਉਹਨੂੰ ਚੱਕਦੇ ਹਾਂ, ਗੁਰਬਾਣੀ ਛੱਡ ਦਿੰਦੇ ਹਾਂ ਪਾਸੇ, ਜਦੋਂ ਉਹਨੂੰ ਫਿਰੋ ਪਹਿਲਾਂ ਅਰਥ ਲੱਭ, ਅਰਥਾਂ ਕਣੀ ਜਾਂਦੇ ਹਾਂ, ਜਿਵੇਂ ਪਹਿਲਾਂ ਗੱਲ ਬਿਲਕੁਲ, ਅਰਥਾਂ ਕਣੀ ਜਾਓਗੇ ਪਹਿਲਾਂ ਹੀ, ਜੇ ਤੁਸੀਂ ਕਦੇ ਵੀ ਜੇ ਤੁਸੀਂ ਇੱਕ ਚਿੱਤ ਹੋ ਕੇ ਸੁਣਿਆ ਹੀ ਨਹੀਂ ਕਿ ਉਹ ਉਸ ਉਹਦੇ ਵਿੱਚ ਕੀ ਕਿਹਾ ਜਾ ਰਿਹਾ, ਤਾਂ ਤੁਸੀਂ ਮੇਰੇ ਖਿਆਲ 'ਚ ਉਹ ਰੈਸ਼ਨਲ ਜੇ ਬੜੇ ਤਰਕ ਜਿਹਾ ਤੁਹਾਡੀ ਲਾਈਫ 'ਚ ਆਜੂਗਾ। ਤਰਕ ਨਾਲ ਹੀ ਸਾਰਾ ਕੁਛ ਹੁੰਦਾ, ਤਰਕ ਨਾਲ ਹੀ ਤੁਸੀਂ ਦੁਨੀਆਂ 'ਚ ਵਿਚਰਦੇ ਹੋ, ਪਰ ਇੱਕ ਹੱਦ ਹੁੰਦੀ ਹੈ। ਜੇ ਤੁਸੀਂ ਹਰੇਕ ਗੱਲ 'ਤੇ ਤਰਕ ਕਰਨ ਲੱਗ ਜਾਓਗੇ, ਜੇ ਤੁਸੀਂ ਪੋਇਟਰੀ 'ਤੇ, ਗ੍ਰੈਮਰ 'ਤੇ, ਹੋਰ ਗੱਲਾਂ 'ਤੇ, ਕੁਛ ਗੱਲਾਂ ਤਰਕ ਤੋਂ ਪਾਰ ਵੀ ਹੁੰਦੀਆਂ ਨੇ, ਤੁਸੀਂ ਹਰੇਕ ਚੀਜ਼ ਨੂੰ ਤਰਕ 'ਚ ਕਿਵੇਂ ਬੰਨ ਲਓਗੇ? ਮਤਲਬ ਉਹਨਾਂ, ਮੈਨੂੰ ਇਹ ਲੱਗਦਾ ਹੁੰਦਾ ਕਿ ਨਾਲੇ ਪੋਇਟਰੀ ਦੇ ਵਿੱਚ ਤਾਂ ਤੁਸੀਂ ਪਤਾ ਨਹੀਂ ਸੂਰਜ ਨੂੰ ਥੱਲੇ ਲਾ ਲਓ, ਤੁਸੀਂ ਧਰਤੀ ਨੂੰ ਤਾਹਾਂ ਲੈ ਜਾਓ, ਕੀ ਕੁਛ ਕਰੀ ਜਾਂਦੇ ਹੋ, ਤੁਹਾਡੀਆਂ ਖੇਡਾਂ ਨੇ, ਹੈ ਨਾ। ਹੁਣ ਮੈਂ ਇੱਕ ਵਾਰੀ ਕਿਤਾਬ 'ਚ ਲਿਖਿਆ ਸੀ ਕਿ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ, ਤਾਂ ਮੈਨੂੰ ਕੋਈ ਕਹਿੰਦਾ ਕਿ ਤਾਂ ਪਤਾ ਹੀ ਆ ਵੀ ਸੂਰਜ ਤਾਂ ਹੁਣ ਉੱਪਰ ਹੁੰਦਾ, ਕਣੀਆਂ ਥੱਲੇ ਹੁੰਦੀਆਂ। ਪਰ ਮੈਂ ਇਹ ਤਾਂ ਕਹਿਣਾ ਚਾਹਿਆ ਨਹੀਂ ਸੀ, ਮੈਂ ਤਾਂ ਚਾਹੁੰਦਾ ਸੀ ਕਿ ਜਿਹੜੇ ਬੰਦੇ ਸੂਰਜ ਵਾਂਗੂ ਦੱਗਦੇ ਆ ਉਹਨਾਂ ਨੂੰ ਮਾੜੀਆਂ ਮੋਟੀਆਂ ਕੋਈ ਰੁਕਾਵਟਾਂ ਅਸਰ ਨਹੀਂ ਪਾਉਂਦੀਆਂ। ਮੇਰਾ ਤਾਂ ਮਤਲਬ ਇਹ ਸੀ, ਮਤਲਬ ਹਰੇਕ ਚੀਜ਼ ਸਿੰਬੋਲਿਕ ਹੁੰਦੀ ਆ, ਨਜ਼ਰੀਆ ਦੇਖਣ ਵਾਲੇ ਦਾ, ਸਾਡੀ ਮਾਈਥੋਲੋਜੀ ਹੈ, ਸਾਡਾ ਮਿਥਿਹਾਸ ਆ, ਸਾਡਾ ਇਤਿਹਾਸ ਆ, ਸਾਡੀਆਂ ਕਿੰਨੀਆਂ ਵੀ ਧਾਰਮਿਕ ਟੈਕਸਟ ਨੇ, ਸਾਡੇ ਸ਼ਲੋਕ ਨੇ, ਉਹ ਸਿੰਬੋਲਿਕ ਬੜੇ ਆ। ਜੇ ਅਸੀਂ ਘਰ ਦੀ ਗੱਲ ਕਰ ਰਹੇ ਹਾਂ ਤਾਂ ਘਰ ਸਾਡੇ ਸਰੀਰ ਨੂੰ ਆਖਿਆ, ਜੇ ਅਸੀਂ ਪਿੰਡ ਵੀ ਸਰੀਰ ਹੁੰਦਾ, ਬਿਲਕੁਲ, ਹੈ ਨਾ। ਤਾਂ ਉੱਥੇ ਕੁਛ ਹੋ, ਮਤਲਬ ਉਹ ਤਾਂ ਇੱਕ ਬੜੇ ਰੂਹਾਨੀ ਲੈਵਲ ਦੇ ਵਿੱਚ ਰਹੇ ਆ ਨਾ, ਉਹ ਸਾਨੂੰ ਪੈਸੇ ਤੋਂ, ਹੁਣ ਮਾਇਆ ਇਕੱਲਾ ਪੈਸਾ ਥੋੜ੍ਹੀ ਆ, ਮਾਇਆ ਤਾਂ ਸਾਡੇ ਰਿਸ਼ਤੇ ਨਾਤੇ ਵੀ ਮਾਇਆ 'ਚ ਆ ਜਾਂਦੇ ਨੇ, ਸਾਡਾ ਕਿਸੇ ਚੀਜ਼ ਪ੍ਰਤੀ ਮੋਹ ਆ, ਮੋਬਾਈਲਾਂ ਪ੍ਰਤੀ ਮੋਹ ਆ, ਇਹ ਵੀ ਮਾਇਆ। ਮਤਲਬ ਅਸੀਂ ਤਾਂ ਹੋਰ ਤਰੀਕ, ਮਤਲਬ ਅਸੀਂ
ਬੜੇ ਸੋਹਣੇ ਅਤੇ ਹਸੀਨ ਭਰਮ 'ਚ ਜਾਣ ਵਾਲੇ ਲੋਕ। ਸਾਨੂੰ ਐਂ ਲੱਗਦਾ ਕਿ ਅਸੀਂ ਪਤਾ ਨਹੀਂ ਕੀ ਕੁਛ ਖੱਟ ਲਿਆ, ਕੀ ਕੁਛ ਕਰ ਲਿਆ, ਪਰ ਬਹੁਤ ਕੁਛ ਇਸ ਦੁਨੀਆ ਤੋਂ ਪਾਸੇ ਵੀ ਇੱਕ ਦੁਨੀਆ ਚੱਲੀ ਜਾਂਦੀ ਹੈ ਜਿਹੜੀ ਜਿਹਨੂੰ ਤੁਸੀਂ ਕਦੇ ਵੇਖੇ ਨਹੀਂ, ਜਿਹਨੂੰ ਤੁਸੀਂ ਤਰਕ ਦੇ ਥੱਲੇ ਦਬਾਤਾ। ਮਤਲਬ ਹੁਣ ਇੰਨਾ ਤਰਕ ਪ੍ਰਧਾਨ ਹੋਇਆ ਪਿਆ ਫੇਸਬੁੱਕਾਂ 'ਤੇ, ਕਮੈਂਟਾਂ 'ਚ, ਹੋਰ ਕੀ ਅੱਜ ਕੱਲ੍ਹ ਚੱਲੀ ਜਾਂਦਾ ਕਿ ਤੁਹਾਨੂੰ ਲੱਗਣ ਲੱਗ ਜਾਂਦਾ ਕਿ ਫਿਰ ਤੁਸੀਂ ਰੱਬ 'ਤੇ ਗਿਲੇ ਕਰਦੇ ਹੋ। ਜੇ ਰੱਬ ਹੈਗਾ ਤਾਂ ਉਹ ਐਂ ਕਿਉਂ ਕਰਦਾ, ਉਹ ਐਂ ਕਿਉਂ ਕਰਦਾ? ਇਹ ਰੱਬ ਨਹੀਂ ਕਰ ਰਿਹਾ, ਤੁਸੀਂ ਹੋ ਤੁਹਾਡੀ ਕੰਡੀਸ਼ਨ ਦੇ ਜਿਸ ਤੁਸੀਂ ਹੁਣ ਮਾਹੌਲ 'ਚ ਵਿਚਰ ਰਹੇ ਹੋ, ਇਹਦੇ ਤੁਸੀਂ ਜ਼ਿੰਮੇਵਾਰ ਖੁਦ ਹੋ ਜੀ, ਹੈ ਨਾ? ਜ਼ਿੰਮੇਵਾਰ ਤੁਸੀਂ ਖੁਦ ਹੋ। ਉਹ ਰੱਬ ਕੀ ਹੈ? ਰੱਬ ਇੱਕ ਭਾਣਾ ਮੰਨਣ ਦੀ ਤਾਕਤ ਆ, ਤੁਹਾਡਾ ਵਧਿਆ ਹੋਇਆ ਰੂਪ ਆ, ਹੈ ਨਾ? ਤੁਹਾਡਾ ਵਿਸ਼ਵਾਸ ਆ। ਮਤਲਬ ਤੁਹਾਡਾ ਕਿਤੇ ਜੇ ਵਿਸ਼ਵਾਸ ਹੀ ਨਹੀਂ ਟਿਕਿਆ ਹੋਇਆ ਤਾਂ ਔਖਾ ਹੋ ਜਾਂਦਾ ਫਿਰ ਵਿਸ਼ਵਾਸ। ਤੁਸੀਂ ਵਿਸ਼ਵਾਸ ਦੀ ਗੱਲ ਕੀਤੀ, ਮੈਂ ਇੱਥੇ ਆਉਣਾ ਚਾਹੁੰਦਾ ਸੀਗਾ। ਪੰਜਾਬ ਕਹਿੰਦੇ ਗੁਰਾਂ ਦੇ ਨਾਮ 'ਤੇ ਜੀਂਦਾ ਗਾ, ਅਤੇ ਪੰਜਾਬ ਦੇ ਲੋਕ ਜ਼ਿਆਦਾਤਰ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਓਟ ਆਸਰਾ ਲੈਂਦੇ ਨੇ ਅਤੇ ਇਸ ਫਲਸਫੇ ਨੂੰ ਸਮਝਦੇ ਮੰਨਦੇ ਵੀ ਨੇ। ਜਦੋਂ ਦੂਸਰੇ ਪਾਸੇ ਨਜ਼ਰ ਮਾਰਦੇ ਹਾਂ ਤਾਂ ਆਮ ਕਿਹਾ ਜਾਂਦਾ ਇਨਸਾਨ ਨੂੰ ਦਰਸ਼ਵਾਦੀ ਹੋਣਾ ਚਾਹੀਦਾ, ਸਮਾਜਵਾਦੀ ਹੋਣਾ ਚਾਹੀਦਾ, ਕੁਦਰਤ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ, ਫਿਰ ਕਿਤੇ ਜਾ ਕੇ ਜ਼ਿੰਦਗੀ 'ਚ ਠਹਿਰਾ ਆਉਂਦਾ ਅਤੇ ਬੰਦਾ ਕੁਦਰਤ ਨੂੰ ਸਮਝ ਸਕਦਾ, ਨੇੜੇ ਪਹੁੰਚ ਸਕਦਾ। ਪਰ ਜਿਹੜੇ ਅੰਗਰੇਜ਼ ਲੋਕ ਨੇ ਜੇ ਵੇਖੀਏ, ਉਹ ਕਿਤੇ ਨਾ ਕਿਤੇ ਸ਼ਾਇਦ ਸਾਡੇ ਨਾਲੋਂ ਅੱਗੇ ਨੇ ਕਈ ਪੱਖਾਂ ਦੇ ਵਿੱਚ, ਪਰ ਵੇਖਦੇ ਹਾਂ ਕਿ ਉਹ ਆਪਣੇ ਮਨ ਦੇ ਠਹਿਰਾਵ ਦੇ ਲਈ ਸਭ ਕੁਝ ਛੱਡ ਕੇ, ਅਸੀਂ ਤਾਂ ਧਾਰਮਿਕ ਸਥਾਨਾਂ 'ਤੇ ਜਾ ਕੇ ਮਨ ਖੜਾ ਲੈਂਦੇ ਹਾਂ, ਉਹ ਸਮੁੰਦਰਾਂ ਦੇ ਕੰਢਿਆਂ 'ਤੇ, ਜੰਗਲਾਂ 'ਤੇ ਨਸ਼ਿਆਂ ਦੇ ਸਹਾਰੇ ਲੈ ਕੇ ਤੁਰੇ ਫਿਰਦੇ ਨੇ। ਉਹ ਅੱਗੇ ਕਿਹੜੀ ਗੱਲ ਚੰਗੀ ਰਹਿ ਗਈ ਨੇ ਫਿਰ? ਜਾਂ ਅਸੀਂ ਕਿਹੜੀ ਗੱਲੋਂ ਪਿੱਛੇ ਹਾਂ ਉਹਨਾਂ ਤੋਂ? ਜੇ ਅਧਿਆਤਮਿਕ ਤੌਰ 'ਤੇ ਅਸੀਂ ਸਥਿਰ ਹਾਂ ਤਾਂ ਉਹ ਕਿਉਂ ਨਹੀਂ ਹੋ ਸਕਦਾ? ਨਹੀਂ, ਆਪਾਂ ਹੁਣ ਗੱਲ ਕਰਕੇ ਖੜੇ ਹਾਂ ਵੀ ਤੁਸੀਂ ਧਰਮ ਕਿਤੇ ਵੀ ਪੁਗਾ ਸਕਦੇ ਹੋ, ਹੈ ਨਾ? ਤੁਸੀਂ ਅਧਿਆਤਮ ਨੂੰ, ਸਪਿਰਚੁਐਲਿਟੀ ਨੂੰ ਕਿਤੇ ਵੀ ਪੁਗਾ ਸਕਦੇ ਹੋ। ਸਪਿਰਚੁਐਲਿਟੀ ਮੀਨ ਤੁਸੀਂ ਸਪਿਰਿਟ ਦੇ ਲੈਵਲ 'ਤੇ ਵਿਚਰ ਰਹੇ ਹੋ, ਤੁਸੀਂ ਆਪਣੇ ਆਪ ਨੂੰ ਜਾਣ ਰਹੇ ਹੋ। ਆਪਣੇ ਆਪ ਨੂੰ ਜਾਣਨਾ ਹੀ ਰੱਬ ਨੂੰ ਜਾਣਨਾ, ਹੈ ਨਾ? ਮਤਲਬ ਉਹ ਬੰਦੇ ਜੇ ਸਮੁੰਦਰਾਂ ਕੰਢੇ ਬੈਠ ਰਹੇ, ਅੱਜ ਜੰਗਲਾਂ 'ਚ ਉਹ ਐਡਵੈਂਚਰ ਵਾਲੀਆਂ ਗੱਲਾਂ ਕਰ ਰਹੇ ਨੇ, ਜੇ ਉਹ ਉੱਡ ਰਹੇ ਨੇ ਹਵਾ 'ਚ, ਤਾਂ ਉਹ ਬਹੁਤ ਨੇੜੇ ਨੇ ਉਸ ਚੀਜ਼ ਦੇ। ਜੇ ਕੋਈ ਅਗਲਾ ਪੜਾਅ ਹੈ ਉਸ ਤੋਂ ਸਮਝੀਏ, ਅਗਲਾ ਪੜਾਅ ਕਹਿ ਲਓ ਜਾਂ ਉਹਨਾਂ ਦਾ ਇੱਕ ਤਜਰਬੇ ਦਾ ਇੱਕ ਅੰਸ਼ ਕਹਿ ਲਓ, ਪੜਾਅ ਕਹਿ ਲਓ, ਮਤਲਬ ਉਹ ਬੰਦੇ ਨੂੰ ਤੁਸੀਂ ਦੇਖਦੇ ਹੀ ਆ ਕਿ ਉਹ ਕਿੰਨੇ ਜੰਗਲਾਂ 'ਚ ਤੁਰੇ ਫਿਰਦੇ ਨੇ, ਉਹ ਸਾਰਾ ਕੁਝ ਛੱਡ ਛੜਾ ਕੇ। ਉਹਨਾਂ 'ਤੇ ਵੀ ਇਹ ਦੌਰ ਹੈਗਾ ਸੀ, ਮੈਂ ਉਹੀ ਜਾਣਦਾ, ਦੌਰ ਉਹਨਾਂ 'ਤੇ ਵੀ ਸੀ ਵੀ ਉਹ ਇੱਥੋਂ ਗਏ ਅੱਗੇ। ਹਾਂ, ਉਹ ਵੀ ਪੈਸੇ ਇਕੱਠੇ ਕਰਨ ਦੀ ਦੌੜ 'ਚੋਂ ਨਿਕਲੇ ਹੋਏ ਨੇ। ਉਹਨਾਂ ਦੇ ਵੀ ਇੱਕ ਦੌਰ ਆਇਆ ਸੀ ਜਦੋਂ ਉਹਨਾਂ ਨੇ ਪੈਸੇ ਜੋੜੇ ਸੀ, ਉਹਨਾਂ ਨੇ ਦੇਖ ਲਿਆ ਵੀ ਜੋੜ ਜੋੜ ਕੇ ਮਾਇਆ ਬਾਬਾ ਕੁਛ ਵੀ ਹੱਥ ਨਾ ਆਇਆ ਬਾਬਾ। ਉਹ ਗੱਲ ਕਿ ਉਹੀ ਗੱਲ ਆ ਕਿ ਭਰਮ ਆ, ਭੁਲੇਖਾ, ਬਹੁਤ ਸੋਹਣਾ ਭਰਮ ਆ, ਲੱਗਦਾ ਸਾਰਾ ਕੁਛ ਲੱਗਦਾ। ਹੁਣ ਮੈਂ ਇੱਥੇ ਬੈਠਾ, ਮੈਂ ਸਾਹਮਣੇ ਦਰਖਤ ਦੇਖ ਰਿਹਾ, ਤਾਂ ਇੱਥੇ ਕੋਈ ਜਾਨਵਰ ਬੈਠਾ, ਕੋਈ ਬਿੱਲੀ, ਕੋਈ ਕੀੜਾ, ਉਹ ਵੀ ਦਰਖਤ ਦੇਖ ਰਿਹਾ, ਉਹਨੂੰ ਦਿਸੂ ਹੋਰ, ਮੈਨੂੰ ਦਿਸੇ ਹੋਰ ਰਿਹਾ। ਹੁਣ ਮੈਨੂੰ ਕੀ ਪਤਾ ਵੀ ਅਸਲੀਅਤ ਕੀ ਆ, ਉਹਦੇ ਵਾਲੀ ਅਸਲੀਅਤ ਮੰਨਾਂ ਕਿ ਮੈਂ ਆਪਣੇ ਵਾਲੀ ਮੰਨਾਂ, ਕੁਛ ਵੀ ਨਹੀਂ ਪਤਾ ਨਾ। ਮਤਲਬ ਸਾਰਾ ਜਿਹੜਾ ਕੁਛ ਦੇਖ ਰਹੇ ਹਾਂ, ਕੀ ਪਤਾ ਇਹ ਪਰਛਾਵੇਂ ਹੋਣ ਕਿਸੇ ਚੀਜ਼ ਦੇ, ਕੀ ਪਤਾ ਕੀ ਹੈ? ਗੁਲਾਬ ਨੂੰ ਅਸੀਂ ਗੁਲਾਬ ਕਹਿਤਾ, ਪਰ ਕੀ ਪਤਾ ਇਹ ਕੀ ਆ? ਅਸੀਂ ਤਾਂ ਭਾਸ਼ਾ 'ਚ ਬੰਨਤਾ ਉਹਨਾਂ ਨੂੰ ਗੁਲਾਬ ਕਹਿਤਾ ਕਿ ਗੁਲਾਬ, ਗੁਲਾਬ ਆ, ਪਰ ਅਸਲੀ ਕੀ ਪਤਾ ਕੀ ਆ? ਉਹ ਸਾਨੂੰ ਕੀ ਪਤਾ? ਅਸੀਂ ਤਾਂ ਉਹਨੂੰ ਮਾਣ ਸਕਦੇ ਹਾਂ, ਉਹਦੀ ਖੂਬਸੂਰਤੀ ਮਾਣ ਸਕਦੇ ਹਾਂ, ਉਹਦੀ ਖੁਸ਼ਬੂ ਮਾਣ ਸਕਦੇ ਹਾਂ। ਜੇ ਮੰਨਣਾ ਵੀ ਆ ਜਾਵੇ ਤਾਂ ਵੀ ਵੱਡੀ ਗੱਲ ਆ। ਮਤਲਬ ਉਹ ਅੰਗਰੇਜ਼ ਮੰਨਦੇ ਹੀ ਨੇ, ਉਹ ਤੁਰੇ ਫਿਰਦੇ ਆ, ਉੱਡੇ ਫਿਰਦੇ ਆ, ਭੱਜੇ ਫਿਰਦੇ ਨੇ, ਅਤੇ ਅਸੀਂ ਹਜੇ ਉਸ ਦੌਰ 'ਚ ਆ ਕਿ ਅਸੀਂ ਇੱਕ ਕਿਸੇ ਫਕੀਰ ਨੇ, ਕਿਸੇ ਸੰਤ ਨੇ ਆਖਿਆ ਹੋਇਆ ਬਹੁਤ ਵੱਡੀ ਗੱਲ ਆ ਕਿ ਫਕੀਰ ਉਹ ਜੋ ਤਮਾ ਨਾ ਕਰੇ, ਫਕੀਰ ਉਹ ਜੋ ਤਮਾ ਨਾ ਕਰੇ, ਆਉਂਦੀ ਮਾਇਆ ਮਨਾ ਨਾ ਕਰੇ, ਆਈ ਹੋਈ ਨੂੰ ਜਮ੍ਹਾਂ ਨਾ ਕਰੇ। ਮਾਇਆ, ਪੈਸਾ ਗਲਤ ਕਦੇ ਵੀ ਨਹੀਂ ਹੁੰਦਾ, ਪੈਸਾ ਇੱਕ ਮੀਡੀਅਮ ਆ। ਮੈਂ ਇੱਕ ਵਾਰੀ ਲਿਖਿਆ ਸੀ ਕਿ ਪੈਸਾ ਫਕੀਰ ਆ,
ਭਾਈ ਸਾਹਿਬ ਬਹੁਤ ਵੱਡਾ ਟਰੈਵਲਰ ਆ, ਅੱਜ ਇੱਥੇ ਪਤਾ ਨਹੀਂ ਰਾਤ ਨੂੰ ਪਤਾ ਨਹੀਂ ਕਿੱਥੇ ਹੋਊਗਾ, ਬਿਲਕੁਲ ਕਿਹੜੇ ਕਿਹੜੇ ਹੱਥਾਂ 'ਚ ਲੰਘੂਗਾ। ਸੋ ਫਕੀਰ ਉਹੀ ਆ ਜਿਹੜਾ ਤਮਾ ਨਹੀਂ ਕਰਦਾ, ਜਿਹੜੀ ਮਾਇਆ ਆਉਂਦੀ ਉਹਨੂੰ ਮਨਾ ਨਹੀਂ ਕਰਦਾ, ਪਰ ਉਹਨੂੰ ਜੋੜ ਕੇ ਆਈ ਹੋਈ ਮਾਇਆ ਨੂੰ ਜਮ੍ਹਾਂ ਨਹੀਂ ਕਰਦਾ, ਕਦੇ ਵੀ ਉਹਨੂੰ ਜੋੜਦਾ ਨਹੀਂ, ਕੋਈ ਜੋੜ ਜੋੜ ਕੇ ਅੰਬਾਰ ਨਹੀਂ ਲਾਉਂਦਾ। ਆਓ ਜਾਓ ਇੱਕ ਖੇਡ ਚੱਕਰ ਚੱਲਦਾ ਉਹਦੇ ਕੋਲ, ਹੈ ਨਾ। ਅਸੀਂ ਬਹੁਤ ਵੱਡੇ ਮਤਲਬ ਸੰਤ ਫਕੀਰਾਂ ਦੀਆਂ ਉਦਾਹਰਣਾਂ ਇਹਦੇ ਵਿੱਚ ਲੈ ਸਕਦੇ ਹਾਂ, ਜਿਨ੍ਹਾਂ ਕੋਲ ਬਹੁਤ ਪੈਸੇ ਡਿੱਗਦੇ ਸੀ ਪਰ ਉਹਨਾਂ ਕੋਲ ਆਪ ਖਾਲੀ ਹੁੰਦਾ ਸਾਰਾ ਕੁਛ। ਬਿਲਕੁਲ। ਸੋ ਇਹੀ ਹੈ ਵੀ ਤੁਹਾਡੇ ਮਨਾਂ ਦੀਆਂ, ਤੁਹਾਡੇ ਸਥਿਤੀਆਂ ਦੀਆਂ, ਤੁਹਾਡੇ ਅੰਦਰਲੇ ਆਪੇ ਦੀਆਂ ਇਹ ਖੇਡਾਂ ਜੀਆਂ ਨੇ, ਇਹਨੂੰ ਤੁਸੀਂ ਕਿਵੇਂ ਵੀ ਜੋੜ ਕੇ ਦੇਖੀਏ, ਉਹਦੇ ਚਿੰਤਾ ਵੀ ਕਰੀ ਜਾਓ, ਇਹਨੂੰ ਤੁਸੀਂ ਲਾਈਟਲੀ ਲਈ ਜਾਓ, ਇਹਨੂੰ ਤੁਸੀਂ ਹੱਸੀ ਜਾਓ, ਮਜ਼ਾਕ ਕਰੀ ਜਾਓ, ਇਹ ਚੱਲੀ ਜਾਣੀ ਹੈ ਦੁਨੀਆ ਸਾਰਾ ਕੁਛ। ਹਰਮਨ, ਤੁਸੀਂ ਜਿੱਥੇ ਹੁਣ ਥੋੜ੍ਹੇ ਸਮੇਂ ਤੋਂ ਨਾਲ ਦੀ ਨਾਲ ਫਿਲਮਾਂ ਦੇ ਵਿੱਚ ਵੀ ਆਏ ਹੋ, ਤੁਹਾਡੇ ਲਿਖੇ ਗੀਤ ਜਿਹੜੇ ਉਹ ਗਾਣੇ ਇੱਧਰ ਵੀ ਆਉਣ ਲੱਗੇ ਨੇ, ਮੈਂ ਵੇਖ ਰਿਹਾ ਸੀ ਤੁਹਾਡਾ ਜਦੋਂ ਚਿਹਰਾ ਪੜ੍ਹਿਆ, ਰਾਣੀ ਤੱਤ ਪੜ੍ਹਿਆ, ਤਾਂ ਉਸ ਤੋਂ ਬਾਅਦ ਮੈਂ ਸੋਚਿਆ ਕਿ ਹਰਮਨ ਬਹੁਤ ਗੈਰ ਗੰਭੀਰ ਹੈ, ਫਿਲਮਾਂ ਦੇ ਫਿੱਟ ਕਿਵੇਂ ਬੈਠੇਗਾ? ਫਿਲਮਾਂ ਦਾ ਮੈਨੂੰ ਸੀਗਾ ਸ਼ੁਰੂ ਤੋਂ ਸ਼ੌਂਕ, ਫਿਲਮਾਂ 'ਚ ਗੀਤ ਲਿਖਣ ਦਾ ਸੀ ਕਿ ਗੀਤ ਲਿਖਾਂਗੇ ਵੱਡੇ ਹੋ ਕੇ, ਪਰ ਕੋਈ ਆਸਾ ਪਾਸਾ ਹੈ ਨਹੀਂ ਸੀ ਵੀ ਕਿਵੇਂ ਕਿੱਧਰ ਕਿਵੇਂ ਜਾਇਆ ਜਾਂਦਾ, ਕੀ ਹਿਸਾਬ ਕਿਤਾਬ ਹੁੰਦਾ। ਫਿਲਮਾਂ ਦੇਖ ਸਕਦੇ ਸੀ, ਗੀਤ ਸੁਣ ਸਕਦੇ ਸੀ, ਇਹ ਦੇਖ ਸਕਦੇ ਸੀ ਕਿ ਮਿਊਜ਼ਿਕ ਕਿਹਨੇ ਬਣਾਇਆ, ਇਹ ਡਾਇਰੈਕਸ਼ਨ ਕਿਹਦੀ ਹੈ, ਲਿਖਿਆ ਕਿਹਦਾ, ਇਹਨਾਂ ਦੇਖ ਕੇ ਪਰਚ ਜਾਂਦੇ ਸੀ। ਮਤਲਬ ਮੈਂ ਹਜੇ ਵੀ, ਮੇਰੇ ਕੋਲ ਕਿਤਾਬਾਂ ਭਰੀਆਂ ਪਈਆਂ, ਮੈਂ ਫੋਟੋਆਂ ਕੱਟ ਕੱਟ ਕੇ ਲਾਈਆਂ ਹੋਈਆਂ ਨਾ ਫਿਲਮਾਂ ਵਾਲਿਆਂ ਦੀਆਂ, ਅਤੇ ਪਰ ਫਿਲਮਾਂ ਦਾ ਸੀਗਾ ਕੋਈ ਪਤਾ ਨਹੀਂ ਕਿਵੇਂ ਸੀ ਇਹ ਸ਼ੌਂਕ ਜਿਹਾ, ਅਤੇ ਉਹ ਫਿਰ ਦੱਬ ਗਿਆ, ਫਿਰ ਲਿਟਰੇਚਰ ਵਾਲਾ ਆ ਗਿਆ ਸੀ ਦੂਸਰਾ, ਕਿਤਾਬ ਕੀਤੀ ਸੀ, ਕਿਤਾਬ ਤੋਂ ਬਾਅਦ ਕਿਤਾਬ ਨੂੰ ਥੋੜ੍ਹਾ ਜਿਹਾ ਰਾਹ ਜਿਹਾ ਬਣ ਗਿਆ, ਤਾਂ ਕਿਉਂਕਿ ਇੰਡਸਟਰੀ ਦੇ ਕਾਫੀ ਲੋਕਾਂ ਨੇ ਕਿਤਾਬ ਪੜ੍ਹ ਲਈ ਸੀ, ਅਤੇ ਕੁਛ ਬੰਦੇ ਜਾਣ ਪਛਾਣ ਬਣ ਗਈ ਸੀ, ਅਤੇ ਤਾਂ ਕਰਕੇ ਫਿਲਮ ਵਾਲਾ ਫਿਰ ਮੇਰਾ ਉਹ ਆ ਗਿਆ ਸਾਹਮਣੇ, ਜਿਹੜਾ ਇੱਕ ਰੂਪ ਜਿਹਾ ਸੀ। ਫਿਲਮਾਂ ਫਿਰ ਕਰਨ ਲੱਗ ਗਏ ਜੀ, ਪਹਿਲਾਂ ਸਰਵਣ ਫਿਲਮ ਕੀਤੀ ਸੀ, ਫਿਰ ਲਾਹੌਰੀ ਵਗੈਰਾ ਫਿਲਮਾਂ ਕਰੀਆਂ, ਗੀਤ ਕੀਤੇ ਜੀ, ਅਤੇ ਫਿਲਮ ਵਾਲਾ ਚੱਲਦਾ ਰਹਿਣਾ। ਪਰ ਹੁਣ ਕਦੇ ਕਦੇ ਮੈਨੂੰ ਐਂ ਵੀ ਲੱਗਦਾ ਹੁੰਦਾ ਕਿ ਇਹ ਹੋਰ ਤਰ੍ਹਾਂ ਦਾ ਮਾਹੌਲ ਜਿਹਾ ਬਣ ਜਾਂਦਾ ਕਦੇ ਕਦੇ। ਮੈਂ ਉਹੀ ਸੋਚ ਰਿਹਾ ਸੀ ਕਿ ਰਾਣੀ ਤੱਤ ਕਦੇ ਕਦੇ ਹੋ ਜਾਂਦਾ ਉਸ ਹਿਸਾਬ ਨਾਲ, ਇਹ ਹੈ ਕਿ ਕਰਦੇ ਰਹੋ ਗੀਤ, ਕਿਉਂਕਿ ਗੀਤ ਨੂੰ ਮੈਂ ਵੱਡੀ ਸ਼ੈ ਮੰਨਦਾ, ਗੀਤ ਵੀ ਜ਼ਰੂਰੀ ਨੇ ਕਿਉਂਕਿ ਦੇਖਿਆ ਗੀਤ ਅਸਰ ਪਾਉਂਦੇ ਆ। ਮੈਂ ਇਹੀ ਗੱਲ ਸੋਚ ਰਿਹਾ ਸੀ ਕਿ ਜਿਹੜੀ ਕਵਿਤਾ ਉਹ ਗੱਲ ਨਹੀਂ ਕਹਿ ਸਕਦੀ ਜੋ ਗੀਤ ਆਮ ਮਨਾਂ 'ਤੇ ਅਸਰ ਪਾ ਸਕਦਾ। ਕਵਿਤਾ ਬੰਦ ਰਹਿੰਦੀ ਆ ਕਿਤਾਬਾਂ 'ਚ ਪਈ ਆ, ਕਾਫੀ ਸਾਲਾਂ ਬਾਅਦ ਅਸਰ ਪਾਉਂਦੀ ਆ, ਹੋਰ ਤਰੀਕੇ ਦਾ ਪਾਉਂਦੀ ਆ। ਬਿਲਕੁਲ, ਗੀਤ ਇਕਦਮ ਪਾਉਂਦੇ ਆ ਸਰ, ਇਕਦਮ ਮਨ 'ਚ ਕੋਈ ਖੋਰੂ ਪੈ ਜਾਣਾ, ਮਨ 'ਚ ਸ਼ਾਂਤੀ ਆ ਜਾਣੀ, ਇਕਦਮ ਹੁੰਦਾ ਸਾਰਾ ਕੁਛ, ਅਸੀਂ ਫਿਰ ਰਿਪੀਟ ਵਾਰ ਸੁਣਦੇ ਹਾਂ ਨਾ, ਅਤੇ ਸੋ ਮੈਂ ਦੇਖਿਆ ਅਸਰ ਪੈਂਦਾ। ਜਿਹੜੇ ਕਲਾਕਾਰ ਕਹਿੰਦੇ ਗੀਤਾਂ ਦਾ ਕੋਈ ਅਸਰ ਨਹੀਂ, ਉਹ ਮੈਂ ਉਹਨਾਂ ਨਾਲ ਮੰਨਦਾ ਨਹੀਂ ਉਹਨਾਂ ਦੀ ਗੱਲ ਨੂੰ ਕਿ ਅਸਰ ਹੁੰਦਾ ਗੀਤਾਂ ਦਾ, ਇਹ ਵੱਖਰੀ ਗੱਲ ਆ ਕਿ ਥੋੜ੍ਹ ਚਿਰੀ ਹੋ ਰਿਹਾ, ਘੱਟ ਹੋ ਰਿਹਾ, ਵੱਧ ਹੋ ਰਿਹਾ, ਜਿਵੇਂ ਵੀ ਹੋ ਰਿਹਾ। ਮੇਰੇ ਖਿਆਲ ਦੇ ਵਿੱਚ ਕੋਈ ਫਿਲਮ ਵੇਖ ਕੇ ਉੱਠਦਾ ਤਾਂ ਫਿਲਮ ਤੋਂ ਜ਼ਿਆਦਾ ਗੁਣਗੁਣਾਉਂਦਾ, ਉਹ ਗਾਣਾ ਬਾਹਰ ਆ ਰਿਹਾ ਹੁੰਦਾ, ਗੀਤ ਦਾ ਅਸਰ ਉਹਦੇ 'ਤੇ ਜ਼ਿਆਦਾ ਹੋ ਰਿਹਾ, ਅਸਰ ਹੁੰਦਾ ਜੇ ਬੈਕਗਰਾਊਂਡ ਮਿਊਜ਼ਿਕ ਕੱਢਦੀ ਹੈ, ਜੇ ਗੀਤ ਆਪਣੀ ਇੰਡਸਟਰੀ 'ਚ ਗੀਤ ਕੱਢਦੀ ਹੈ, ਆਪਣੀ ਇੰਡਸਟਰੀ 'ਚ ਬਚਣਾ ਹੀ ਕੁਛ ਨਹੀਂ, ਹੋਲੀਵੁੱਡ ਤਾਂ ਚੱਲੀ ਜਾਂਦਾ, ਉਹਨਾਂ ਦਾ ਤਾਂ ਹੋਰ ਤਰ੍ਹਾਂ ਦਾ ਕਨਸੈਪਟ ਹੀ ਹੋਰ ਨੇ ਨਾ। ਅਸੀਂ ਖੜ੍ਹੇ ਹੀ ਗੀਤਾਂ ਦੇ ਸਹਾਰੇ ਹਾਂ ਹਜੇ ਤੱਕ, ਅਸੀਂ ਹਜੇ ਤੱਕ ਵਿਸ਼ਾ ਪ੍ਰਧਾਨ ਹੁਣ ਆਉਣ ਲੱਗ ਗਈਆਂ ਫਿਲਮਾਂ, ਪਰ ਹਜੇ ਨਹੀਂ ਆਉਂਦੀਆਂ। ਕੋਈ ਵੇਲਾ ਸੀ ਹਿੰਦੀ ਫਿਲਮਾਂ 'ਚ 40-40 ਗੀਤ ਹੁੰਦੇ ਸੀ, 40-40 ਗੀਤ, ਬਿਲਕੁਲ ਵੇਲਾ ਸੀ, ਅਤੇ ਪਰ ਗੀਤ ਵੱਡੀ ਸ਼ੈ ਹੈ ਜੀ, ਗੀਤਕਾਰੀ ਜਾਂ ਗੀਤਕਾਰ ਹੋਣਾ, ਮੈਂ ਚਾਹੁੰਦਾ ਕਿ ਲੋਕ ਇਹਨੂੰ ਰਿਸਪੈਕਟ ਦੀ ਨਗਾਹ ਨਾਲ ਦੇਖਣ, ਪਰ ਹਾਲਾਂਕਿ ਦੇਖਦੇ ਨਹੀਂ। ਕਵੀ ਜਾਂ ਪੋਇਟ ਹੋਣਾ ਵੱਡਾ ਮੰਨਿਆ ਜਾਂਦਾ, ਗੀਤਕਾਰ ਮੰਨਿਆ ਹਜੇ ਵੀ ਕਿ ਗੀਤਕਾਰ ਆ, ਗੀਤ ਲਿਖਦਾ ਬਸ।
ਮੈਂ ਇੱਕ ਚੀਜ਼ ਮਹਿਸੂਸ ਕੀਤੀ, ਜਿਵੇਂ ਗੀਤਕਾਰ ਜਾਂ ਗਾਇਕ ਕਹਿੰਦੇ ਨੇ ਸਾਡੇ ਨਸ਼ਿਆਂ ਜਾਂ ਹਥਿਆਰਾਂ 'ਤੇ ਲਿਖੇ ਗਾਣੇ ਕੋਈ ਜ਼ਿਆਦਾ ਅਸਰ ਨਹੀਂ ਪਾਉਂਦੇ, ਤੁਸੀਂ ਕਿਹਾ ਕਿ ਅਸਰ ਪਾਉਂਦੇ ਨੇ, ਪਾਉਂਦੇ ਆ ਜੀ ਅਸਰ ਪਾਉਂਦੇ ਅਤੇ ਪਰ ਦੂਸਰੇ ਪਾਸੇ ਵੇਖੀਏ ਤਾਂ ਜਿਹੜੇ ਤੁਹਾਡੇ ਗਾਣੇ ਨੇ ਜੋ ਤੁਸੀਂ ਲਿਖਦੇ ਹੋ, ਤੁਹਾਨੂੰ ਲੱਗਦਾ ਹੁੰਦਾ ਕਿ ਮੇਰਾ ਗਾਣਾ ਜਿਹੜਾ ਉਹ ਹਥਿਆਰਾਂ 'ਤੇ ਨਸ਼ਿਆਂ ਵਾਲੇ ਗਾਣੇ ਜਿਹੜੇ ਲੋਕਾਂ ਨੂੰ ਹਿਲਾਉਂਦੇ ਨੇ, ਠੌਂਕੇ ਲਗਾਉਣ ਲਈ ਮਜਬੂਰ ਕਰਦੇ ਨੇ, ਕਿਤੇ ਨਾ ਕਿਤੇ ਹਰਮਨ ਦੇ ਲਿਖੇ ਗਾਣੇ ਕਿਤੇ ਉਹਨਾਂ ਦੇ ਮਨਾਂ 'ਤੇ ਘਰ ਕਰਨਗੇ? ਮੈਂ ਮਤਲਬ ਜਿੰਨਾ ਕੁ ਦੇਖਦਾ ਤਜਰਬਾ, ਮੈਨੂੰ ਜਿਹੜੀ ਵਾਪਸੀ ਇਹਨਾਂ ਦੀ ਪ੍ਰਤੀਕਿਰਿਆ ਆਉਂਦੀ ਆ ਤਾਂ ਮੈਨੂੰ ਬਹੁਤ ਹੈਰਾਨੀ ਹੁੰਦੀ ਕਈ ਵਾਰੀ ਕਿ ਯਾਰ ਆਹ ਗੀਤ ਨੇ ਇੱਦਾਂ ਦਾ ਸਿਰ ਪਾਤਾ ਹੈ ਨਾ, ਜਾਂ ਤੁਸੀਂ ਕਿਤਾਬਾਂ ਨੇ ਰੱਖਣ ਦੀ ਆਪਾਂ ਗੱਲ ਕੀਤੀ ਸੀ, ਜੀ ਜੀ ਬਿਲਕੁਲ, ਅਤੇ ਉਹ ਤੋਂ ਬਾਅਦ ਮੈਨੂੰ ਕਿੰਨੇ ਹੀ ਮਤਲਬ ਅੱਜ ਵੀ ਤੁਹਾਡੇ ਆਉਣ ਤੋਂ ਪਹਿਲਾਂ ਬੜੇ ਉਹਦੇ ਨਾਲ ਮਿਲੇ ਜੁਲੇ ਜਿਹੜੇ ਬੇਸ਼ੱਕ ਉਹ ਥੋੜ੍ਹੀ ਜਿਹੜੀ ਗੱਲ ਕੀਤੀ ਆਪਾਂ, ਬੇਸ਼ੱਕ ਇੱਕ ਭਾਵਨਾ ਵਗੈਰਾ ਆ ਗਈ ਆ ਕਿ ਕਈ ਮੈਨੂੰ ਮੁੰਡਿਆਂ ਨੇ ਫੋਨ ਕੀਤਾ ਕਿ ਅਸੀਂ ਅਨੰਦਪੁਰ ਸਾਹਿਬ ਦੀ ਬੱਸ ਫੜ ਲਈ, ਮਤਲਬ ਹੈ ਨਾ ਇੱਕ ਗੱਲ ਆ, ਅਤੇ ਸੁਣ ਕੇ ਗੀਤ ਨਾਲ ਦੀ ਨਾਲ ਮਤਲਬ ਅਸਰ ਹੁੰਦਾ, ਗੀਤਾਂ ਦਾ ਅਸਰ ਹੁੰਦਾ, ਜਿਹੜੇ ਗੱਲ ਆ ਨਾ ਉਹ ਕਰਦੇ ਨੇ ਚੱਕਮਾ ਜਿਹੜਾ ਠਾ ਠਾ ਵਾਲੀਆਂ ਗੱਲਾਂ ਨੇ ਉਹ ਨੈਚੁਰਲ ਆ ਕਿ ਬੀਟ ਤੁਸੀਂ ਕੋਈ ਵੀ ਹਿੱਟ ਕਰ ਲਓ, ਡੀ ਜੇ ਦੇ ਉੱਤੇ ਕੋਈ ਵੀ ਗੀਤ ਵਜਾ ਲਓ, ਸਵਾਦ ਤਾਂ ਨਾ ਜਿਹੜਾ ਗੀਤ ਤੁਸੀਂ ਆਰਾਮ ਨਾਲ ਘਰ ਬੈਠ ਕੇ ਸੁਣਦੇ ਹੋ ਉਹ 'ਚ ਸਵਾਦ ਸਵਾਦ ਆ, ਡੀ ਜੇ 'ਤੇ ਤਾਂ ਬੀਟ ਪ੍ਰਧਾਨ ਹੁੰਦੀ ਆ, ਬੀਟ 'ਤੇ ਤੁਸੀਂ ਕੁਛ ਵੀ ਪਾਈ ਜਾਓ, ਜਿਵੇਂ ਉਹ ਹੱਸ ਦਿੰਦੇ ਵੀ ਖਬਰਾਂ 'ਤੇ ਵੀ ਨੱਚ ਲਓ, ਬਿਲਕੁਲ ਤੁਸੀਂ ਬੀਟ ਹੀ ਆ, ਤਾਂ ਕਰਕੇ ਆ ਵੀ ਸ਼ਬਦਾਂ ਦਾ ਅਸਰ ਹੁੰਦਾ ਜੀ। ਹੁਣ ਮੈਂ ਦੇਖਿਆ ਵੀ ਲੌਂਗਲਾ 'ਚ ਗੀਤ ਆਇਆ ਸੀ ਤਾਂ ਉਹ ਨਿੱਕੇ ਨਿੱਕੇ ਜਵਾਕ ਮੈਨੂੰ ਇੰਨਾ ਮਤਲਬ ਸੈਂਕੜਿਆਂ ਹਜ਼ਾਰਾਂ 'ਚ ਹੀ ਮੈਂ ਦੇਖ ਲਿਆ ਵੀ ਉਹ ਉਹਨਾਂ 'ਤੇ ਇਸ ਤਰ੍ਹਾਂ ਦਾ ਅਸਰ ਆ ਕਿ ਉਹ ਪੰਜਾਬੀ ਦੇ ਹੋਰ ਗੀਤ ਸੁਣਨ ਲੱਗ ਗਏ, ਮਤਲਬ ਮੈਨੂੰ ਖੁਸ਼ੀ ਹੁੰਦੀ ਆ ਉਦੋਂ। ਜਿਹੜੇ ਬਾਹਰਲੇ ਜਿਵੇਂ ਆਪਾਂ ਉੱਧਰਲੀਆਂ ਪੀੜ੍ਹੀਆਂ ਦੀ ਗੱਲ ਜਿਹੜੀਆਂ ਨਸਲਾਂ ਦੀ ਗੱਲ ਕੀਤੀ ਹੈ ਉਹ ਸੁਣੀ ਜਾਂਦੇ ਨੇ, ਹਾਲਾਂਕਿ ਉਹਨਾਂ ਨੂੰ ਸੰਦਲੀ ਦਾ ਨਹੀਂ ਪਤਾ ਵੀ ਕੀ ਹੁੰਦਾ। ਬਿਲਕੁਲ, ਅਤੇ ਅਸਰ ਹੁੰਦਾ। ਹੁਣ ਤੁਸੀਂ ਗੁਰਬਾਣੀ ਦਾ ਕੋਈ ਸ਼ਬਦ ਸੁਣਦੇ ਹੋ, ਮੈਂ ਕਹਿਣਾ ਹੁੰਦਾ ਵੀ ਤੁਸੀਂ ਵਿਰਾਗ 'ਚ ਆ ਗਏ ਹੈ ਨਾ, ਉਹ ਵਿਰਾਗ ਬੇਸ਼ੱਕ ਅੱਧੇ ਘੰਟੇ ਪੌਣਾ ਘੰਟਾ ਤੁਹਾਡੇ 'ਤੇ ਤਾਰੀ ਰਿਹਾ ਜਿਹੜਾ ਅਸਰ ਸੀ, ਪਰ ਮੈਨੂੰ ਵੱਡਾ ਮੰਨਦਾ, ਅਸੀਂ ਸੁਣਦੇ ਹਾਂ ਦੁਨੀਆ ਚਲੇ ਜਾਂਦੇ ਹਾਂ ਉੱਥੇ ਫਿਰ ਭੁੱਲ ਜਾਂਦੇ ਸਾਰਾ ਕੁਝ, ਬਿਲਕੁਲ ਕੋਈ ਫਿਰ ਰੌਲੇ ਗੋਲੇ ਚੱਲ ਪੈਂਦੇ ਨੇ, ਅਸੀਂ ਸਾਰਾ ਕੁਝ ਹੀ ਭੁੱਲ ਜਾਂਦੇ ਹਾਂ, ਪਰ ਕਿਤੇ ਨਾ ਕਿਤੇ ਉਹ ਠਹਿਰਾ ਨੇ ਜਿਹੜਾ ਅਸਰ ਪਾਇਆ ਸੀ, ਬੇਸ਼ੱਕ ਉਹ ਖਤਮ ਵੀ ਹੋ ਗਿਆ ਪਰ ਤੁਹਾਡੇ ਇੱਕ ਤੁਹਾਡੀ ਜਿਹੜੀ ਆਵਾਜ਼ਾਂ ਤੁਹਾਡੇ ਅੰਦਰ ਪਈਆਂ ਤਾਂ ਹੈਗੀਆਂ ਨਾ, ਉਹ ਕਿਤੇ ਨਾ ਕਿਤੇ ਰਹਿਣਗੀਆਂ, ਉਹ ਖਤਮ ਨਹੀਂ ਹੁੰਦੀਆਂ, ਐਨਰਜੀ ਆ, ਐਨਰਜੀ ਕਦੇ ਖਤਮ ਨਹੀਂ ਹੁੰਦੀ। ਬਿਲਕੁਲ, ਅਸੀਂ ਬੋਲ ਰਹੇ ਹਾਂ ਇਹ ਵੀ ਸਟੋਰ ਹੋ ਰਿਹਾ, ਸਾਡੀਆਂ ਕਰੀਆਂ ਹੋਈਆਂ ਗੱਲਾਂ ਵੀ ਕਿਤੇ ਨਹੀਂ ਜਾਂਦੀਆਂ, ਮਤਲਬ ਇਹ ਵੀ ਗੱਲ ਹੈ। ਸੋ ਧਿਆਨ ਨਾਲ ਬੋਲਣਾ ਚਾਹੀਦਾ ਸਾਰਾ ਕੁਛ। ਜਿਹੜੇ ਫਿਲਮ ਸਾਜ਼ ਨੇ, ਅਜੋਕੇ ਗਾਇਕ ਨੇ ਜਿਹੜੇ ਫਿਲਮਾਂ ਦੇ ਵਿੱਚ ਹੁਣ ਬਤੌਰ ਐਕਟਰ ਆਉਂਦੇ ਨੇ, ਤੁਹਾਡੇ ਕੋਲ ਬਹੁਤ ਆ ਰਹੇ ਨੇ ਮੇਰਾ ਖਿਆਲ, ਆਉਂਦੇ ਵੀ ਆ, ਮੈਂ ਚਾਹੂੰਗਾ ਉਹਨਾਂ ਦਾ ਵੀ ਤੁਸੀਂ ਜ਼ਰੂਰ ਜ਼ਿਕਰ ਕਰੋਗੇ। ਅਤੇ ਇੱਕ ਗੱਲ ਹੋਰ, ਜਦੋਂ ਗੀਤਕਾਰ ਕੋਲ ਇਹ ਬਹੁਤ ਘੱਟ ਫਿਲਮਾਂ ਦੇ ਪਲੇਬੈਕ ਜਿਹੜੇ ਗੀਤਕਾਰ ਹੁੰਦੇ ਨੇ ਪਿੱਛੇ ਗੀਤ ਲਿਖਦੇ ਨੇ ਉਹ ਬੜੇ ਘੱਟ ਚਰਚਿਤ ਹੁੰਦੇ ਨੇ, ਹਰਮਨ ਇੱਕ ਅਜਿਹਾ ਗੀਤਕਾਰ ਫਿਲਮਾਂ ਦਾ ਹੋ ਨਿਬੜਿਆ ਜਿਹਨੇ ਲੌਂਗਲਾਚੀ ਦੀ ਗੱਲ ਕਰੀਏ ਜਾਂ ਫਿਰ ਤੁਹਾਡਾ ਜਿਹੜਾ ਕਿਤਾਬਾਂ ਵਾਲਾ ਰੱਖਣਾ ਜਦੋਂ ਸਾਹਮਣੇ ਆਇਆ ਤੁਹਾਡਾ ਫਿਲਮਾਂ ਵਾਲਾ ਚਿਹਰਾ ਸਾਹਮਣੇ ਆ ਗਿਆ, ਜਿਹੜੇ ਗਾਇਕ ਜਾਂ ਫਿਲਮ ਸਾਜ਼ ਤੁਹਾਡੇ ਕੋਲ ਆਉਂਦੇ ਨੇ ਉਹ ਤੁਹਾਡੇ ਚਿਹਰੇ ਮੂਹਰੇ ਜਾਂ ਤੁਹਾਡੀ ਸੋਚ ਨੂੰ ਰੱਖ ਕੇ ਤੁਹਾਡੇ ਤੋਂ ਗੀਤ ਮੰਗਦੇ ਨੇ ਜਾਂ ਆਪਣੀ ਫਿਲਮ ਦੇ ਹਿਸਾਬ ਨੂੰ ਰੱਖ ਕੇ ਮੰਗਦੇ ਨੇ, ਉੱਥੇ ਵਿਸ਼ਾ ਕਿਵੇਂ ਤੈਅ ਕੀਤਾ ਜਾਂਦਾ? ਉਹਨਾਂ ਨੇ ਕੰਮ ਦੇ ਹਿਸਾਬ ਨਾਲ ਆ ਜੀ, ਉਹਨਾਂ ਨੇ ਜਿੰਨਾ ਮੇਰਾ ਕੰਮ ਦੇਖਿਆ ਜਿਹੜੀ ਮੇਰੀ ਸ਼ੈਲੀ ਦੇਖੀ, ਤਾਂ ਕਿਉਂਕਿ ਹੁਣ ਮੈਂ ਦੇਖਦਾ ਹੁੰਦਾ ਕਿ ਕੁਛ ਸਿਚੁਏਸ਼ਨਾਂ ਮੇਰੇ ਵਾਸਤੇ ਰਿਜ਼ਰਵ ਰੱਖ ਲੈਂਦੇ ਨੇ ਕਿ ਆਹ ਉਹ ਤੋਂ ਲਿਖਾਉਣੀ ਆ, ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਦਾ ਟੇਸਟ 'ਚ ਇੱਦਾਂ ਦਾ, ਇਹ ਇਸ ਤਰ੍ਹਾਂ ਦਾ ਮਾਹੌਲ ਇੱਦਾਂ ਦਾ ਇਹਦਾ ਬਣਤਰਾਂ ਨੇ ਇਹਦੇ ਦਿਮਾਗ ਦੀਆਂ ਜਾਂ ਇੱਦਾਂ ਦਾ ਇਹਨੇ ਕੰਮ ਕੀਤਾ, ਤੁਹਾਡਾ ਪ੍ਰਭਾਵ ਕਬੂਲਿਆ ਮਤਲਬ? ਹਾਂ, ਚੰਗੀ ਚੀਜ਼ ਨੂੰ ਕਬੂਲਦੇ ਆ, ਕਬੂਲਦੇ ਮਤਲਬ ਪ੍ਰਭਾਵ ਕਹਿ ਲਓ ਕੁਛ ਵੀ ਕਹਿ ਲਓ, ਤੁਹਾਡੀ
ਤੁਹਾਡਾ ਹੈ ਤਾਂ ਭਾਸ਼ਾ ਦੀ ਵਡਿਆਈ ਆ, ਮੇਰੀ ਤਾਂ ਵਡਿਆਈ ਹੈ ਨਹੀਂ, ਭਾਸ਼ਾ ਹੀ ਐਡੀ ਸੋਹਣੀ ਸੀ ਕਿ ਮੈਂ ਉਹਨੂੰ ਵਰਤ ਲਿਆ ਅਤੇ ਉਹਨਾਂ ਨੂੰ ਭਾਸ਼ਾ ਚੰਗੀ ਲੱਗੀ ਅਤੇ ਉਹਨਾਂ ਨੇ ਮੇਰਾ ਨਾਂ ਲੱਗ ਗਿਆ ਹੈ ਨਾ। ਅਤੇ ਮਤਲਬ ਤੁਹਾਡਾ ਕੰਮ ਬੋਲਦਾ ਹੁੰਦਾ, ਤੁਸੀਂ ਜਿਹੜਾ ਪਹਿਲਾਂ ਕੀਤਾ ਹੋਇਆ ਉਹਦੇ ਉਹ ਰੈਫਰੈਂਸ ਲੈ ਕੇ ਹੀ ਆਉਂਦੇ ਨੇ, ਐਵੇਂ ਨਹੀਂ ਆਉਂਦੇ, ਬਹੁਤ ਮਤਲਬ ਪਹੁੰਚੀਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ ਉਹ ਜਿਹੜੇ ਫਿਲਮ ਵਾਲੇ ਲੋਕ ਨੇ। ਬਿਲਕੁਲ, ਉਹ ਬਹੁਤ ਟੂ ਦਾ ਪੁਆਇੰਟ, ਬੜੇ ਚੁਸਤ ਚਲਾਕ, ਬੜੇ ਵੈਲ ਜਿਹੜੇ ਤਰੀਕੇ ਨਾਲ ਕੰਮ ਕਰਦੇ ਆ, ਤਾਂ ਕਰਕੇ ਉਹ ਕਰੀ ਜਾਂਦੇ ਨੇ, ਉਹ ਆ ਜਾਂਦੇ ਨੇ ਕੁਛ ਨਾ ਕੁਛ ਚੀਜ਼ਾਂ, ਕੁਛ ਮੇਰੇ ਫਿੱਟ ਨਹੀਂ ਆਉਂਦੀਆਂ, ਕੁਛ ਉਹਨਾਂ ਦੇ ਨਹੀਂ ਆਉਂਦੇ, ਕੁਛ ਆ ਜਾਂਦੀਆਂ ਨੇ, ਅਤੇ ਐਵੇਂ ਚੱਲੀ ਜਾਂਦਾ। ਪਰ ਮੇਰਾ ਹੁਣ ਇਹ ਗੱਲ ਹੈ ਕਿ ਮੈਂ ਇਕੱਲਾ ਇੱਧਰ ਨਹੀਂ ਕਰਨਾ, ਮੈਂ ਉਹਦੀ ਕਿਤਾਬ ਵਾਲਾ ਵੀ ਮੈਂ ਨਾਲ ਨਾਲ ਚੱਲਣਾ ਕਿਤੇ, ਕਿਉਂਕਿ ਕਿਤਾਬ ਦਾ ਮੱਠਾ ਪੈ ਜਾਂਦਾ ਇਸ ਚੀਜ਼ ਨਾਲ, ਮੈਂ ਦੇਖਿਆ ਇਹ ਚੀਜ਼। ਮੈਂ ਹੁਣ ਫਿਲਮਾਂ ਦਾ ਜ਼ਿਆਦਾ ਜਿਹੜਾ ਉਹ ਫਿਲਮਾਂ ਦਾ ਜਿਹੜਾ ਤੁਸੀਂ ਕਰਦੇ ਰਹੋ, ਹੌਲੀ ਹੌਲੀ ਕਰਦੇ ਰਹੋ, ਜ਼ਿਆਦਾ ਨਹੀਂ, ਮੈਂ ਹਾਵੀ ਨਹੀਂ ਹੋਣ ਦੇਣਾ ਚਾਹੁੰਦਾ, ਹਾਲਾਂਕਿ ਬਹੁਤ ਕੁਛ ਬੜਾ ਕੁਛ ਆਫਰ ਆਉਂਦੇ ਰਹਿੰਦੇ ਆ, ਪਰ ਜੀ ਨਹੀਂ ਕਰਦਾ ਕਿਉਂਕਿ ਉਹ ਅਜੀਬ ਆਫਰ ਹੁੰਦੇ ਨੇ, ਉਹ ਹੋਰ ਤਰ੍ਹਾਂ ਦੇ ਨੇ, ਮਤਲਬ ਸੁਣਨ 'ਚ ਲੱਗਦਾ ਕਿ ਯਾਰ ਵਾਹ ਬਹੁਤ ਵਧੀਆ, ਸਾਰਾ ਕੁਛ ਵਧੀਆ ਹੋਊਗਾ, ਪਰ ਜਦੋਂ ਠਰੰਮੇ ਨਾਲ ਸੋਚਦਾ ਤਾਂ ਮੇਰਾ ਬਿਲਕੁਲ ਜੀ ਨਹੀਂ ਕਰਦਾ ਉਹ ਕਰਨ। ਹਾਂ, ਜਿਹੜੇ ਆਪਦੇ ਪਸੰਦ ਆ ਉਹ ਕਰੀ ਜਾਓ, ਉਹ ਕੋਈ ਚੱਕਰ ਨਹੀਂ। ਇੱਕ ਪਾਸੇ ਰਾਣੀ ਤੱਤ ਲੋਕਾਂ ਦੀ ਝੋਲੀ ਦੇ ਵਿੱਚ ਪਈ ਆ, ਦੂਸਰੇ ਪਾਸੇ ਤੁਹਾਡੇ ਫਿਲਮਾਂ ਦੇ ਵਿੱਚ ਗਾਣੇ ਵੱਜੇ ਨੇ, ਉਹ ਗਾਣੇ ਆਇਆਂ ਦਾ ਜ਼ਿਆਦਾ ਮਨ ਦੇ ਵਿੱਚ ਕਿਤੇ ਨਾ ਕਿਤੇ ਧਰਵਾਸ ਮਹਿਸੂਸ ਹੋਇਆ, ਜਾਂ ਰਾਣੀ ਤੱਤ ਨੇ ਜ਼ਿਆਦਾ ਜਿਹੜੀ ਖੁਸ਼ੀ ਮਹਿਸੂਸ ਹੋਈ? ਨਹੀਂ, ਆਪੋ ਆਪਣਾ ਥਾਂ ਆ ਜੀ, ਮੈਨੂੰ ਦੋਵਾਂ 'ਚ ਇੱਕ ਰਾਬਤਾ ਜਾ, ਕਿਉਂਕਿ ਜਿਹੜੇ ਮੇਰੇ ਗੀਤ ਨੇ ਉਹ ਵੀ ਕਿਤੇ ਨਾ ਕਿਤੇ, ਕਾਫੀ ਗੱਲਾਂ ਮੈਂ ਰਾਣੀ ਤੱਤ 'ਚੋਂ ਹੀ ਗੀਤ ਬਣਾਏ ਹੋਏ ਨੇ, ਕਾਫੀ ਗੀਤ ਇਹੋ ਜਿਹੇ ਨੇ ਜਿਹੜੇ ਮੈਂ ਰਾਣੀ ਤੱਤ ਦੇ ਪੁਰਾਣੇ ਖਰੜੇ 'ਚੋਂ ਰੈਫਰੈਂਸ ਲੈ ਕੇ ਬਣਾਏ ਹੋਏ ਨੇ ਜੀ। ਗੀਤ ਕੋਈ ਅਲੱਗ ਚੀਜ਼ ਨਹੀਂ ਹੈਗੇ, ਆਹ ਹੁਣ ਅੱਜ ਕੱਲ੍ਹ 'ਚ ਇੱਕ ਗੀਤ ਆਉਣਾ, ਉਹ ਮੈਂ ਰਾਣੀ ਤੱਤ 'ਚ ਇੱਕ ਪੋਇਟਰੀ ਆ, ਉਹੀ ਹੈ ਸਾਰਾ ਉਹ, ਮਤਲਬ ਗੀਤ ਮੇਰੇ ਵਾਸਤੇ ਜਾਂ ਰਾਣੀ ਤੱਤ ਇੱਕੋ ਹੀ ਆ, ਕਿਉਂਕਿ ਮੇਰੇ ਗੀਤਾਂ 'ਚ ਵੀ ਰਾਣੀ ਤੱਤ ਦੇ ਜਿਹੜੇ ਅੰਸ਼ ਨੇ ਉਹ ਹਮੇਸ਼ਾ ਰਹਿੰਦੇ ਆ, ਕਿਉਂਕਿ ਕਾਫੀ ਲੋਕ ਕਹਿੰਦੇ ਵੀ ਸਾਹਿਤਕ ਇਹਦੇ ਗੀਤ ਸਾਹਿਤਕ ਨੇ, ਬੇਸ਼ੱਕ ਮੈਂ ਸਾਹਿਤਕ ਗੀਤ ਤਾਂ ਕੋਈ ਚੀਜ਼ ਮੰਨਦਾ ਨਹੀਂ ਹੁੰਦਾ, ਕਿਉਂਕਿ ਕੋਈ ਚੀਜ਼ ਸਾਹਿਤਕ ਹੁੰਦੀ ਆ, ਸਾਹਿਤਕ ਤਾਂ ਸਾਰਾ ਕੁਛ ਹੀ ਸਾਹਿਤਕ ਆ, ਤੁਸੀਂ ਬੋਲਦੇ ਹੋ ਇਹ ਵੀ ਸਾਹਿਤ ਆ, ਤੁਸੀਂ ਤੁਰਦੇ ਫਿਰਦੇ ਇਹ ਵੀ ਸਾਹਿਤ ਆ, ਸਾਹਿਤਕ ਗੀਤ ਜਾਂ ਸਾਹਿਤਕ ਮੈਂ ਨਹੀਂ ਇਹਨੂੰ ਕੋਈ ਬਾਲਾ ਦਾ ਪ੍ਰਭਾਵ ਜਾ ਕਬੂਲਦਾ ਹੁੰਦਾ ਵੀ ਸਾਹਿਤਕ ਗੀਤ ਨੇ, ਠੀਕ ਨੇ ਗੀਤ ਨੇ, ਹਾਂ ਗੀਤਾਂ ਦਾ ਥੋੜ੍ਹਾ ਜਿਹਾ ਸੋਜ ਸਵਾਦ ਅਲੱਗ ਹੈ, ਇਹ ਕਹਿ ਸਕਦੇ ਹਾਂ ਕਿ ਸ਼ਬਦਾਵਲੀ ਮੇਰੇ ਤਰ੍ਹਾਂ ਦੀ ਆ, ਕਿਉਂਕਿ ਮੈਂ ਉਹ ਸ਼ਬਦ ਪਾਉਣਾ ਚਾਹੁੰਦਾ, ਉਹ ਸ਼ਬਦ ਘੜਨਾ ਚਾਹੁੰਦਾ ਜਿਹੜੇ ਕਦੇ ਵੀ ਜਿਹੜੇ ਫਰੈਸ਼ ਨੇ, ਮੇਰਾ ਇਹ ਹੁੰਦਾ ਕਿ ਫਰੈਸ਼ ਚੀਜ਼ ਆਵੇ ਗੀਤਾਂ 'ਚ, ਮੈਂ ਕਦੇ ਵੀ ਨਹੀਂ ਇਹ ਕਰਦਾ ਕਿ ਕਿਸੇ ਆਪਿਟਿਆ ਉਹੀ ਮਟੀਰੀਅਲ ਆਈ ਜਾਵੇ, ਉਹੀ ਗੱਲਾਂ ਬਾਤਾਂ ਆਈ ਜਾਣ, ਕੁਛ ਨਵਾਂ ਹੋਵੇ। ਸੋ ਦੋਸਤੋ, ਸਾਡੀ ਇਹ ਗੱਲਬਾਤ ਹਰਮਨਜੀਤ ਉਹਨਾਂ ਦੇ ਨਾਲ ਚੱਲ ਰਹੀ ਹੈ, ਅਤੇ ਹਰਮਨ ਜੀ ਆਖਰੀ ਸਵਾਲ ਮੇਰਾ ਤੁਹਾਨੂੰ, ਜੇ ਕੋਈ ਅੱਜ ਅੱਧਖੜ ਉਮਰ ਦਾ ਲੇਖਕ ਜਾਂ ਵਿਦਵਾਨ ਜਾਂ ਸਾਹਿਤਕਾਰ ਮੇਰੇ ਨਾਲ ਬੈਠਾ ਹੁੰਦਾ ਤਾਂ ਸ਼ਾਇਦ ਇਹ ਆਖਰੀ ਸਵਾਲ ਨੂੰ ਬਹੁਤੀ ਨੌਜਵਾਨ ਪੀੜ੍ਹੀ ਨਾ ਅਪਣਾਉਂਦੀ, ਤੁਹਾਡੀ ਇਹ ਕਹੀ ਹੋਈ ਗੱਲ ਦਾ ਮੇਰਾ ਪੂਰਾ ਵਿਸ਼ਵਾਸ ਹੈ ਕਿ ਜੇਕਰ ਆਪਣੇ ਦਿਲਾਂ 'ਤੇ ਜ਼ਰੂਰ ਜਿਹੜੇ ਉਹ ਨੌਜਵਾਨ ਵਰਗ ਲੈ ਕੇ ਜਾਊ, ਕਿਉਂਕਿ ਸਾਨੂੰ ਨਿਊਜ਼ ਨੰਬਰ .com 'ਤੇ ਜ਼ਿਆਦਾਤਰ ਨੌਜਵਾਨਾਂ ਦੀ ਇਹ ਸੁਨੇਹੇ ਆ ਰਹੇ ਸੀ ਕਿ ਹਰਮਨ ਨੂੰ ਲੈ ਕੇ ਆਓ। ਗੁਰੂ ਮਹਾਰਾਜ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਕਿਵੇਂ ਪਛਾਣਿਆ ਜਾਵੇ ਆਪਣਾ ਮੂਲ, ਕੀ ਚੰਦ ਸ਼ਬਦਾਂ ਦੇ ਵਿੱਚ ਕਿਵੇਂ ਨੇੜੇ ਪਹੁੰਚਿਆ ਜਾਵੇ? ਮਤਲਬ ਸਾਡੇ ਕੋਲ ਦਿਨ ਹੁੰਦਾ ਪੂਰਾ ਜੀ, ਅਸੀਂ ਮੈਂ ਕਹਿਣਾ ਹੁੰਦਾ ਇੰਨੇ ਕੁ ਸਵਾਰਥੀ ਬਣ ਜੀ, ਇਹ ਸਵਾਰਥ ਦਾ ਸੋਹਣਾ ਰੂਪ ਆ ਕਿ ਅਸੀਂ ਘੱਟੋ ਘੱਟ ਆਪਣੇ ਵਾਸਤੇ ਅਸੀਂ ਅੱਖਾਂ ਬੰਦ ਕਰਕੇ 10 ਮਿੰਟ ਵੀ ਬਹਿ ਜੀ, ਅਸੀਂ ਧਿਆਨ ਲਾ ਲਈਏ, ਮਤਲਬ ਅਸੀਂ ਚੁੱਪ ਕਰਕੇ ਸ਼ਾਂਤੀ, ਸਵੇਰੇ ਅੰਮ੍ਰਿਤ ਵੇਲਾ ਇੱਕ ਵੱਡੀ ਗੱਲ ਆ, 7 ਵਜੇ ਤੱਕ ਮਤਲਬ ਕਹਿੰਦੇ ਹੁੰਦੇ ਨੇ ਕਿ ਉਹਦਾ ਅਸਰ ਰਹਿੰਦਾ ਹੈ ਨਾ,
ਉਸ ਵੇਲੇ ਤੁਹਾਡੀ ਬੋਡੀ 'ਚੋਂ ਵੀ ਇਸ ਤਰ੍ਹਾਂ ਦੇ ਹਾਰਮੋਨ ਕ੍ਰੀਏਟ ਹੁੰਦੇ ਨੇ, ਸਕ੍ਰੀਟ ਹੁੰਦੇ ਨੇ ਕਿ ਜਿਹੜੇ ਤੁਹਾਡੇ ਮਨ ਵਾਸਤੇ, ਤੁਹਾਡੇ ਤਨ ਵਾਸਤੇ, ਤੁਹਾਡੀ ਸੋਚ ਵਾਸਤੇ ਭਲਾ ਕਰਦੇ ਤੁਹਾਡਾ ਨਾ। ਸੋ ਮੈਂ ਚਾਹੁੰਦਾ ਕਿ ਬਜਾਏ ਕਿ ਅਸੀਂ ਅੱਜ ਕੱਲ੍ਹ ਕੀ ਆ ਕਿ 10-10 ਵਜੇ ਉੱਠਦੇ ਹਾਂ ਅਸੀਂ, ਸਾਡਾ ਕੋਈ ਪੈਨ ਪੱਚਰਨ ਵਾਲਾ, ਸਾਡਾ ਰਹਿਣ ਸਹਿਣ ਕੋਈ ਹੈ ਨਹੀਂ, ਉਹ ਤਾਂ ਥੋੜ੍ਹਾ ਜਿਹਾ ਡਗਮਗਾਇਆ ਹੋਇਆ। ਪਰ ਮੈਂ ਆਪਣੀ ਗੱਲ ਭੁੱਲ ਗਿਆ ਵਿੱਚ, ਆਪਾਂ ਇੱਕ ਸੂਰਜ ਬਾਰੇ ਗੱਲ ਕਰਨੀ ਸੀ ਆਪਾਂ ਨਾ। ਸੂਰਜ ਬਹੁਤ ਵੱਡਾ ਕਸੋਮਾ, ਮਤਲਬ ਮੈਂ ਹਮੇਸ਼ਾ ਕਹਿਣਾ ਕਿ ਤੁਸੀਂ ਸਨ ਗੇਜ਼ਿੰਗ ਦਾ ਜਿਹੜਾ ਇੱਕ ਸੂਰਜ ਨੂੰ ਦੇਖਣ ਦਾ ਆਪਣੀ ਲਾਈਫ 'ਚ ਪਾ ਲਓ, ਮਤਲਬ ਤੁਸੀਂ ਐਨਰਜੀ ਦੇ ਇੱਕ ਵੱਡੇ ਇੱਕ ਪੁੰਜ ਬਣ ਜਾਓਗੇ, ਪੁੰਜ ਬਣ ਗਏ। ਤੁਹਾਨੂੰ ਤੁਸੀਂ ਥੱਕਣਾ ਨਹੀਂ, ਤੁਸੀਂ ਅੱਕਣਾ ਨਹੀਂ, ਤੁਸੀਂ ਰੂਟੀਨ 'ਚ ਬਹੁਤ ਸੋਹਣਾ ਵਰਕ ਕਰੋਗੇ, ਕੰਮ ਕਰੋਗੇ, ਤੁਹਾਡਾ ਬੋਡੀ ਕਲੋਕ ਸੈੱਟ ਹੋ ਜਾਣਾ, ਤੁਹਾਡੇ ਉੱਠਣ ਬੈਠਣ ਦੇ ਤਰੀਕੇ ਸੈੱਟ ਹੋ ਜਾਣੇ ਆ। ਸੋ ਇਹੀ ਗੱਲਾਂ ਨੇ, ਤੁਸੀਂ ਆਪਣੇ ਆਪ ਨਾਲ ਜੁੜੋ। ਆਪਣੇ ਆਪ ਨਾਲ ਜੁੜਨਾ ਮੀਨਸ ਸਭ ਨਾਲ ਜੁੜਨਾ। ਤੁਸੀਂ ਹੋਰ ਕਿਸੇ ਨੂੰ ਪਿਆਰ ਤਾਂ ਹੀ ਕਰੋਗੇ ਜੇ ਤੁਸੀਂ ਆਪਣੀ ਬੋਡੀ ਨੂੰ ਧਿਆਨ ਨਾਲ ਕਦੇ ਦੇਖਿਆ ਹੋ। ਰੂਹਾਂ ਦੀ ਗੱਲ ਫਿਰ ਹੋਊਗੀ ਜੇ ਤੁਸੀਂ ਸਰੀਰ 'ਚੋਂ ਲੰਘੇ ਹੋਵੋਗੇ, ਹੈ ਨਾ। ਤਾਂ ਕਰਕੇ ਬਾਕੀ ਉਹ ਰੱਬ ਦੀ ਆ, ਉਹ ਮਹਾਰਾਜ ਦੀ ਕਿ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ, ਉਹ ਉਹਨਾਂ ਦੀ ਇਹ ਮਰਜ਼ੀ ਕਿ ਉਹ ਕਿਹਨੂੰ ਕਿਸ ਮੁਕਾਮ 'ਤੇ ਲਿਜਾ ਰਿਹਾ। ਪਰ ਉਹ ਵੀ ਤੁਹਾਡੇ ਅੰਦਰ ਲੁਕਿਆ ਹੁੰਦਾ ਕਿ ਤੁਸੀਂ ਤੁਹਾਡੀ ਇੰਟੈਂਸ਼ਨ ਕੀ ਆ। ਰੱਬ ਨੀਤ ਦੇਖਦਾ ਹੁੰਦਾ, ਰੱਬ ਹਮੇਸ਼ਾ ਇੰਟੈਂਸ਼ਨ ਦੇਖੂ ਇਹਦੀ ਨੀਤ ਕਿੱਦਾਂ ਦੀ ਆ। ਸਾਰੇ ਮਤਲਬ ਤੁਹਾਡੇ ਪਾਪ ਵੀ ਨਾ ਇੱਕ ਸੈਕਿੰਡ 'ਚ ਬਖਸ਼ੇ ਜਾਣਗੇ, ਜੇ ਤੁਸੀਂ ਬਹੁਤ ਇੱਕ ਸੈਕਿੰਡ ਵਾਸਤੇ ਵੀ ਤੁਸੀਂ ਕਿਸੇ ਚੀਜ਼ ਨੂੰ ਭਲਾਈ ਨਾਲ ਤੱਕ ਲਿਆ, ਤੁਸੀਂ ਸ਼ਫਾਫ ਨਜ਼ਰਾਂ ਨਾਲ ਤੱਕ ਲਿਆ, ਤੁਹਾਡਾ ਸਾਰਾ ਕੁਛ ਸਾਫ਼ ਹੋ ਜੂ। ਇਹ ਤੁਹਾਡੇ 'ਤੇ ਆ, ਮਤਲਬ ਤੁਸੀਂ ਆਪਦੇ ਆਪ ਨਾਲ ਜੁੜੋ, ਬੈਠੋ, ਪਰਖੋ, ਬੰਦੇ ਖੋ ਅੱਜ ਦਿਲ ਹਰ ਰੋਜ਼, ਉਹੀ ਆ ਬਸ। ਸੋ ਤੁਹਾਡਾ ਹਰਮਨਜੀਤ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਬਹੁਤ ਥੈਂਕ ਯੂ। ਸੋ ਦੋਸਤੋ, ਇਹ ਸਨ ਹਰਮਨਜੀਤ, ਜਿਨ੍ਹਾਂ ਦੇ ਨਾਲ ਅਸੀਂ ਕੀਤੀ ਅੱਜ ਦਿਲ ਦੀਆਂ ਗੱਲਾਂ, ਅੱਜ ਮੇਰੇ ਨਾਲ ਦੇ ਵਿੱਚ ਗੱਲਬਾਤ। ਹਰਮਨਜੀਤ ਨੇ ਬਹੁਤ ਖੋਲ੍ਹ ਕੇ, ਬਹੁਤ ਨੇੜਿਓਂ ਹੋ ਕੇ, ਬਹੁਤ ਦਿਲ ਦੇ ਵਿੱਚੋਂ ਜਿਹੜੀ ਗੱਲਬਾਤ ਸਮੁੱਚੇ ਨੌਜਵਾਨ ਵਰਗ ਦੇ ਲਈ, ਖਾਸ ਕਰਕੇ ਜਿਹੜਾ ਮੈਂ ਆਖਰੀ ਸਵਾਲ ਪੁੱਛਿਆ ਸੀ, ਕਿਉਂਕਿ ਸਾਨੂੰ ਬਹੁਤ ਸਾਰੇ ਸਵਾਲ ਆਉਂਦੇ ਸਨ ਕਿ ਜ਼ਿੰਦਗੀ ਜਿਹੜੀ ਡਗਮਗਾਈ ਹੋਈ ਹੈ, ਡਗਮਗਾਈ ਜ਼ਿੰਦਗੀ ਦੇ ਹੱਲ ਜ਼ਿੰਦਗੀ ਦੇ ਵਿੱਚੋਂ ਹੀ ਮਿਲਦੇ ਨੇ। ਉਮੀਦ ਹੈ ਸਾਡਾ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਜ਼ਰੂਰ ਪਸੰਦ ਆਵੇਗਾ। ਇਸੇ ਉਮੀਦ ਦੇ ਨਾਲ ਅਗਲੀ ਵਾਰੀ ਫਿਰ ਹੋਵਾਂਗੇ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ। ਤਦ ਤੱਕ ਲਈ ਮੈਨੂੰ ਬਿੱਟੂ ਚੱਕ ਵਾਲਿਆਂ ਦੀ ਇਜਾਜ਼ਤ, ਧੰਨਵਾਦ।